ਆਉਂਦੇ ਨੇ, ਰਾਗੀ ਜਥੇ ਆਉਂਦੇ ਨੇ, ਬੋਲ ਕੇ ਕੀਰਤਨ ਕਰਕੇ ਚਲੇ ਜਾਂਦੇ ਨੇ, ਪਰ ਤੁਸੀਂ ਬਹੁਤ ਲੰਬਾ ਟਾਈਮ ਤੋਂ ਬੈਠ ਕੇ ਸੁਣ ਰਹੇ ਜੇ। ਪਰ ਫਿਰ ਵੀ ਜਿੰਨਾ ਸਮਾਂ ਸਤਿਗੁਰ ਦੀ ਗੋਦ ਵਿੱਚ ਟਿਕਾ ਨਾਲ ਆਪਾਂ ਬੈਠੇ ਹਾਂ, ਆਓ ਇੱਕ ਵਾਰ ਆਪਣੀ ਮਨ ਬਿਰਤੀ ਇਕਾਗਰ ਕਰੀਏ, ਕਿਉਂਕਿ ਸਮਾਂ ਨੀਂਦ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਤੇ ਨਾ ਕਿਤੇ ਸਾਡੀ ਸੁਰਤ ਉੱਤੇ ਅਸਰ ਨੀਂਦ ਦਾ ਪੈ ਰਿਹਾ ਹੈ, ਸਰੀਰ ਦੇ ਉੱਤੇ ਨੀਂਦ ਦਾ ਅਸਰ ਪੈ ਰਿਹਾ ਹੈ। ਉਹਨੂੰ ਲਾਉਂਦਿਆਂ ਹੋਇਆਂ ਇੱਕ ਵਾਰ ਬੁੱਲਾਂ ਦਾ ਆਵਾਜ਼ ਵਿੱਚ ਫਤਿਹ ਬੁਲਾਓ ਅਤੇ ਗੱਜ ਕੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਂਦ ਦਾ ਪ੍ਰਭਾਵ ਸਾਡੇ ਸਰੀਰ ਤੋਂ ਲੈ ਸਕੇ ਉਹਦੇ ਵਾਸਤੇ ਕੋਸ਼ਿਸ਼ ਕਰੋ। ਆਓ ਬਾਣੀ ਦੀਆਂ ਤੁਕਾਂ ਇੱਕ ਵਾਰ ਗਾ ਲਈਏ। ਜਦੋਂ ਬਾਣੀ ਦੀਆਂ ਤੁਕਾਂ ਗਾਓਗੇ ਸਾਡਾ ਧਿਆਨ ਉੱਧਰ ਜਾਏਗਾ ਅਤੇ ਜਿਹੜੀ ਮਾੜੀ ਮੋੜ ਸੁਸਤੀ ਪਈ ਉਹ ਲੈ ਜਾਏਗੀ। ਆਓ ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਸ਼ਬਦ ਭਗਤ ਕਬੀਰ ਜੀ ਦਾ ਜੋ ਆਪਾਂ ਸੁਣਿਆ ਰਾਗ ਭੈਰੋ ਵਿੱਚ 1159 ਅੰਕ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਸੁਭਾਇਮਾਨ ਹੈ, ਜਿੱਥੇ ਆਪਾਂ ਨਾਲ ਨਾਲ ਗੁਰਬਾਣੀ ਦੀਆਂ ਵਿਚਾਰਾਂ ਕਰਨੀਆਂ ਨੇ, ਕੁਝ ਇਤਿਹਾਸਕ ਪੱਖ ਸਾਂਝੇ ਕਰਨੇ ਨੇ। ਆਓ ਇੱਕ ਵਾਰ ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰ ਲਈਏ ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੜੇ ਪਿਆਰ ਨਾਲ ਬੇਨਤੀ, ਰਲ ਕੇ ਸਾਰੀ ਸੰਗਤ ਬਾਣੀ ਗਾਓ ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਗੁਰਪੁਰਾ ਜਿਨਾ ਸਿਮਰਿਆ, ਗੁਰਪੁਰਾ ਜਿਨਾ ਸਿਮਰਿਆ, ਵਾਹ ਵਾਹ। ਕੋਸ਼ਿਸ਼ ਕਰੋ ਜਿੰਨੀ ਕੁ ਆਵਾਜ਼ ਵਿੱਚ ਵੀ ਆਪਾਂ ਗੱਲਾਂ ਕਰਦੇ ਉੰਨੀ ਕੁ ਆਵਾਜ਼ ਵੀ ਜੇ ਆਪਾਂ ਸ਼ਬਦ ਗਾਉਣ ਵਾਸਤੇ ਲਾਈਏ, ਬੜਾ ਟਿਕਾ ਬਣੇਗਾ। ਇੱਕ ਨੀਂਦ ਦਾ ਅਸਰ ਸਾਡੇ ਮਨ ਤੋਂ ਲੱਥੇਗਾ, ਸੁਸਤੀ ਲੱਥੇਗੀ, ਤਾਂ ਵਿਚਾਰਾਂ ਦਾ ਕਰਨ ਦਾ ਆਪਾਂ ਨੂੰ ਆਨੰਦ ਆਏਗਾ। ਇੱਕ ਵਾਰ ਸਾਰੀ ਸੰਗਤ ਬੜੇ ਪਿਆਰ ਨਾਲ ਪੜੋ, ਕਿਉਂਕਿ ਜਦੋਂ ਬੱਚੇ ਸਕੂਲ ਵੀ ਜਾਂਦੇ ਤੁਹਾਡੇ ਵਿੱਚੋਂ ਕਈ ਟੀਚਰ ਵੀ ਬੈਠੇ ਹੋਣੇ ਨੇ, ਉੱਥੇ ਵੀ 45 ਮਿੰਟ ਦਾ 33 ਮਿੰਟ ਦਾ ਪੀਰੀਅਡ ਹੁੰਦਾ ਹੈ ਅਤੇ ਬਾਅਦ ਵਿੱਚ ਚੇਂਜ ਕੀਤਾ ਜਾਂਦਾ ਤਾਂ ਕਿ ਹਰ ਬੰਦੇ ਦੀ ਸੁਣਨ ਦੀ ਕਪੈਸਿਟੀ ਜਿਹੜੀ ਹੈ ਲਿਮਿਟ ਹੈ, ਵੀ ਇੰਨਾ ਚਿਰ ਸੁਣ ਸਕਦਾ, ਉਸ ਤੋਂ ਬਾਅਦ ਉਹ ਬਦਲ ਚਾਹੁੰਦਾ। ਬੱਚਾ ਵੀ ਤੁਸੀਂ ਵੇਖਿਆ ਹੋਏਗਾ ਜੇ ਮੈਥ ਦੀ ਕਲਾਸ ਲੱਗੀ ਹੈ ਅਤੇ ਅਗਲੀ ਕਲਾਸ ਉਹਦੀ ਚੇਂਜ ਕਰਨੀ ਪੈਂਦੀ ਹੈ ਤਾਂ ਕਿ ਬੱਚਾ ਧਿਆਨ ਨਾਲ ਸੁਰਤ ਨਾਲ ਕੋਈ ਨਾ ਕੋਈ ਉਹ ਗੱਲ ਆਪਣੇ ਪੱਲੇ ਪਾ ਸਕੇ। ਤੋ ਆਪਾਂ ਵੀ ਆਪਣੀ ਸੁਰਤ ਵਿੱਚ ਤਾਂ ਹੀ ਗੱਲ ਵਸਾ ਸਕਾਂਗੇ ਜੇ ਥੋੜ੍ਹਾ ਜਿਹਾ ਸਾਡਾ ਮਨ ਧਿਆਨ ਹੋਏਗਾ, ਕੇਂਦਰਿਤ ਹੋਏਗਾ। ਇੱਕ ਵਾਰ ਸਾਰੇ ਜਾਣੇ ਰਲ ਕੇ ਗੱਜ ਕੇ ਬੁਲੰਦ ਆਵਾਜ਼ ਵਿੱਚ ਲੈ ਵਿੱਚ ਇਹਨਾਂ ਤੁਕਾਂ ਦਾ ਪਾਠ ਕਰੋ, ਫਿਰ ਆਪਾਂ ਵਿਚਾਰਾਂ ਦੀ ਸਾਂਝ ਕਰਦੇ ਹਾਂ ਜੀ। ਗੁਰਪੁਰਾ ਜਿਨਾ ਸਿਮਰਿਆ, ਗੁਰਪੁਰਾ ਜਿਨਾ ਸਿਮਰਿਆ, ਵਾਹ ਵਾਹ। ਸੇਈ ਭਏ ਨਿਹਾਲ, ਸੇਈ ਭਏ ਨਿਹਾਲ, ਉਲਟ ਜਾਤ ਕੁਲ ਦਊ ਬਿਸਾਰੀ, ਉਲਟ ਜਾਤ ਕੁਲ ਦਊ ਬਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕੋ, ਹਮਰਾ ਝਗੜਾ ਰਹਾ ਨਾ ਕੋ, ਵਾਹ ਵਾਹ। ਪੰਡਤ ਮੁੱਲਾ ਛਾਡੇ ਦੋ, ਪੰਡਤ ਮੁੱਲਾ ਛਾਡੇ ਦੋ, ਹਮਰਾ ਝਗੜਾ ਰਹਾ ਨਾ ਕੋ, ਹਮਰਾ ਝਗੜਾ ਰਹਾ ਨਾ ਕੋ, ਛਾਡੇ ਦੋ, ਪੰਡਤ ਮੁੱਲਾ ਛਾਡੇ ਦੋ, ਜਿਹੜਾ ਸ਼ਬਦ ਆਪਾਂ ਪੜ੍ਹ ਰਹੇ ਸਾਧ ਸੰਗਤ ਕੀ ਮੀਨਿੰਗ ਨੇ ਜੀ ਇਹਦੇ ਭਲਾ, ਵੀ ਹਮਰਾ ਝਗੜਾ, ਸਾਰੇ ਪੜੋ, ਹਮਰਾ ਝਗੜਾ ਪੰਡਤ ਮੁੱਲਾ, ਕਿ ਸੱਚੀ ਅੱਜ ਅਸੀਂ ਪੰਡਤ ਅਤੇ ਮੁੱਲਾ ਨੂੰ
ਉਹਦੀ ਸੋਚ ਨੂੰ ਉਹਦੀ ਵਿਚਾਰ ਨੂੰ ਆਪਣੇ ਜੀਵਨ ਵਿੱਚੋਂ ਕੱਢ ਦਿੱਤਾ ਕਿ ਅੱਜ ਸਿੱਖ ਪਰਿਵਾਰ ਡੰਕੇ ਦੀ ਚੋੜ ਤੇ ਗੱਲ ਕਹਿ ਸਕਦਾ। 84 ਤੱਕ ਜੋ ਕੁਝ ਸਾਡੇ ਨਾਲ ਵਾਪਰਿਆ ਉਸ ਤੋਂ ਪਿੱਛੇ ਜਾਓਗੇ, ਜਿਸ ਵਿਪਰਵਾਦ ਨਾਲ ਜੰਗ ਸ਼ੁਰੂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਆਰੰਭ ਕੀਤੀ ਸੀ, ਉਹ ਜੰਗ ਅੱਜ ਵੀ ਬਰਕਰਾਰ ਹੈ। ਪਰ ਦੁੱਖ ਇਸ ਗੱਲ ਦਾ ਹੈ, ਜਿਸ ਵਿਪਰਵਾਦ ਚੋਂ ਲੰਬਾ ਟਾਈਮ ਕੱਢਿਆ ਸੀ, ਵਿਪਰਵਾਦ ਅੱਜ ਸਾਡੇ ਘਰਾਂ ਵਿੱਚ ਵੜ ਚੁੱਕਾ ਹੈ। ਸਹਿ ਸੁਭਾਏ ਜਿਹੜੇ ਕਰਮ ਕਾਂਡ ਬੱਚੇ ਦੇ ਜਨਮ ਤੋਂ ਲੈ ਕੇ ਪ੍ਰਾਣੀ ਦੀ ਚੜ੍ਹਾਈ ਕਰਨ ਤੱਕ ਸਾਡੇ ਘਰਾਂ ਵਿੱਚ ਕੀਤੇ ਜਾ ਰਹੇ ਨੇ, ਉਹ ਵਿਪਰਵਾਦ ਤੋਂ ਮੁਕਤ ਨਹੀਂ। ਜਿੱਥੇ ਬਾਹਰਲਾ ਸਾਡਾ ਸਰੂਪ ਬਹੁਤ ਵਧੀਆ ਹੈ, ਮਾਫ ਕਰ ਲੈਣਾ, ਗਲ ਵਿੱਚ ਸ੍ਰੀ ਸਾਹਿਬ ਪਾਈ ਹੋਵੇ, ਸਿਰ 'ਤੇ ਸੋਹਣੀ ਦਸਤਾਰ ਸਜਾਈ ਹੋਵੇ, ਜਦੋਂ ਐਸੇ ਵਿਅਕਤੀ ਨੂੰ ਤੁਸੀਂ ਕਰਮ ਕਾਂਡ ਕਰਦੇ ਵੇਖਦੇ ਹੋ, ਤੁਹਾਡੇ ਅੰਦਰ ਇੱਕ ਆਵਾਜ਼ ਉੱਠਦੀ ਹੈ ਵੀ ਸਿੱਖ ਪਖੰਡ ਕਰ ਰਹੇ। ਕੋਈ ਕਲੀਨ ਸ਼ੇਵ ਬੰਦਾ, ਕੋਈ ਕੇਸਾਂ ਤੋਂ ਰਹਿਤ ਬੰਦਾ, ਉਹ ਪਖੰਡ ਕਰਦਾ, ਤੁਹਾਡਾ ਧਿਆਨ ਇੰਨਾ ਨਹੀਂ ਜਾਂਦਾ। ਪਰ ਦਸਤਾਰਧਾਰੀ, ਖੰਡੇ ਦੀ ਪੌ ਲੈਣ ਵਾਲਾ, ਬਾਹਰੋਂ ਜਿਹਦੀ ਦਿੱਖ ਸਿੱਖ ਵਾਲੀ, ਜਦੋਂ ਉਹ ਕਰਮ ਕਾਂਡ ਕਰਦਾ ਤੇ ਉਹ ਚਰਚਾ ਦਾ ਵਿਸ਼ਾ ਬਣਦਾ ਹੈ। ਇੱਕਦਮ ਸਾਡਾ ਧਿਆਨ ਜਾਂਦਾ ਵੀ ਸਿੱਖ ਹੋ ਕੇ ਕਰਮ ਕਾਂਡ ਕਰ ਰਹੇ। ਤੁਹਾਡੇ ਵਿੱਚੋਂ ਜਿਹਨਾਂ ਨੂੰ ਆਸਾ ਕੀ ਵਾਰ ਆਉਂਦੀ ਹੈ, ਪੜ੍ਹ ਕੇ ਵੇਖੋ ਇੱਕ ਵਾਰ ਆਸਾ ਕੀ ਵਾਰ ਦੇ ਬੋਲ। ਗਊ ਬ੍ਰਾਹਮਣ ਕਹੋ, ਪੜ੍ਹੋ ਸਾਰੇ, ਗਊ ਬ੍ਰਾਹਮਣ ਕਹੋ ਕਰ ਲਾਵੋ ਗੋਬਰ ਤਰਨਾ ਧੋਤੀ, ਪੜ੍ਹੋ ਨਾਲ ਨਾਲ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾਂ ਅੰਤਰ ਪੂਜਾ ਪੜ੍ਹੇ ਕਤੇਬਾਂ ਸੰਜਮ ਤੁਰਕਾਂ ਭਾਈ ਛੋਡੀ ਲੇ ਪਖੰਡਾ ਨਾਮ ਲਹਿ ਜਾਏ ਤਰੰਦਾ ਮਾਣਸ ਖਾਣੇ ਕਰੇ ਨਵਾਜ। ਕੱਲ੍ਹ ਨੂੰ ਕੋਈ ਮੁਸਲਮਾਨ ਭਰਾ ਕਵੇ ਵੀ ਕੀ ਅਸੀਂ ਮਨੁੱਖ ਖਾਂਦੇ ਹਾਂ, ਤੁਹਾਡੀ ਬਾਣੀ 'ਚ ਲਿਖਿਆ ਵੀ ਮਨੁੱਖ ਖਾਣ ਵਾਲੇ ਨਮਾਜ਼ਾਂ ਪੜ੍ਹ ਰਹੇ ਨੇ। ਤੁਹਾਨੂੰ ਕੋਈ ਮੁਸਲਮਾਨ ਭਰਾ ਪੁੱਛੇ ਵੀ ਇੱਥੇ ਲਿਖਿਆ ਮਾਣਸ ਖਾਣੇ, ਮਨੁੱਖ ਖਾਣੇ ਕਰੇ ਨਮਾਜ਼, ਮਨੁੱਖ ਖਾਣ ਵਾਲਾ ਨਮਾਜ਼ ਪੜ੍ਹ ਰਿਹਾ। ਕੱਲ੍ਹ ਨੂੰ ਤੁਹਾਨੂੰ ਕੋਈ ਮੁਸਲਮਾਨ ਭਰਾ ਕਵੇ ਵੀ ਸਿੱਖੋ, ਜਿਹੜੀ ਬਾਣੀ ਤੁਹਾਡੇ ਸਿਰੇ ਗੁਰਦੁਆਰਿਆਂ 'ਚ ਗਾਈ ਜਾਂਦੀ, ਉਹ 'ਚ ਲਿਖਿਆ ਵੀ ਮਨੁੱਖਾਂ ਨੂੰ ਖਾਣ ਵਾਲਾ ਨਮਾਜ਼ ਪੜ੍ਹਦਾ ਹੈ, ਅਤੇ ਅਸੀਂ ਤਾਂ ਮਨੁੱਖ ਖਾਂਦੇ ਹੀ ਨਹੀਂ, ਫਿਰ ਤੁਹਾਡੇ ਗੁਰੂ ਨੇ ਬਾਣੀ ਵਿੱਚ ਇਹ ਗੱਲ ਕਿਉਂ ਲਿਖੀ? ਅਤੇ ਸਿੱਖ ਦੇ ਕੋਲ ਇਸ ਗੱਲ ਦਾ ਜਵਾਬ ਚਾਹੀਦਾ, ਉੱਥੇ ਮਨੁੱਖ ਖਾਣ ਦਾ ਮੀਨਿੰਗ ਕੀ ਹੈ? ਜਦੋਂ ਕੋਈ ਮਨੁੱਖ ਕਿਸੇ ਦਾ ਹੱਕ ਖਾਂਦਾ ਹੈ ਨਾ, ਜਿਹੜੀ ਖੁਰਾਕ ਨਾਲ ਉਹਨੇ ਆਪਣੇ ਬੱਚਿਆਂ ਦੇ ਅੰਦਰ ਜਾ ਕੇ ਖੂਨ ਬਣਾਉਣਾ ਸੀ ਨਾ, ਜਿਹੜੀ ਕਮਾਈ ਨਾਲ ਉਹਨੇ ਆਪਣੇ ਬੱਚੇ ਪਾਲਣੇ ਸੀ ਨਾ, ਉਹ ਕਮਾਈ ਜਦੋਂ ਬੰਦਾ ਹੜੱਪ ਕਰਦਾ ਹੈ, ਦੋ ਨੰਬਰ ਦਾ ਧੰਦਾ ਕਰਦਾ ਹੈ, ਰਿਸ਼ਵਤ ਲੈਂਦਾ ਹੈ, ਠੱਗੀ ਮਾਰਦਾ ਹੈ, ਡਾਇਰੈਕਟ ਨਹੀਂ ਪਰ ਇਨਡਾਇਰੈਕਟ, ਉਹ ਬੰਦਾ ਕੀ ਖਾ ਰਿਹਾ ਜੀ? ਭਲਾ ਮਨੁੱਖ ਖਾ ਰਿਹਾ, ਜਿਹਨੂੰ ਬਾਣੀ 'ਚ ਇੰਝ ਵੀ ਲਿਖਿਆ, ਜੇ ਰਾਤ ਲੱਗਿਆ ਕੱਪੜੇ ਪੜ੍ਹੀ ਜਾਓ ਨਾਲ ਨਾਲ, ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾਂ। ਹੁਣ ਕੀ ਬੰਦਾ ਬੰਦੇ ਦਾ ਖੂਨ ਪੀਂਦਾ? ਕਿਸੇ ਬੰਦੇ ਨੂੰ ਕਿਹਾ ਵੀ ਏਦਾਂ ਤੂੰ ਖੂਨ ਆ ਖੂਨ ਇੱਕ ਬੰਦੇ ਦਾ ਕੱਢੇ ਇਹਨੂੰ ਪੀ ਲਾ। ਖੂਨ ਪੀਣ ਦਾ ਅਰਥ ਕੀ ਹੈ? ਵੀ ਜਿਹੜੇ ਪੈਸੇ ਨਾਲ ਉਹਨੇ ਆਪਣੇ ਘਰ ਆਟਾ ਦਾਲ ਸਬਜ਼ੀ ਲੈ ਕੇ ਜਾਣੀ ਸੀ, ਉਹ ਪੈਸਾ ਸੀ ਰਿਸ਼ਵਤ ਦੇ ਰੂਪ 'ਚ ਲੈ ਲਿਆ, ਠੱਗੀ ਮਾਰ ਲਈ, ਬੇਈਮਾਨੀ ਕਰ ਲਈ ਤੇ ਆਪਣੇ ਬੱਚਿਆਂ ਨੂੰ ਲਿਆ ਕੇ ਪੀਜੇ ਬਰਗਰ ਚੰਗਾ ਪਕਵਾਨ ਖਵਾ ਦਿੱਤਾ। ਸਮਝ ਲਓ ਵੀ ਜਿਹੜਾ ਖੂਨ ਉਹਦੇ ਪਰਿਵਾਰ ਦੇ ਬੱਚਿਆਂ ਦਾ ਬਣਨਾ ਸੀ, ਉਹ ਖੂਨ ਅਸੀਂ ਖੁਰਾਕ ਦੇ ਰੂਪ 'ਚ ਲਿਆ ਕੇ ਆਪਣੇ ਬੱਚਿਆਂ ਦੇ ਅੱਗੇ ਪਰੋਸ ਦਿੱਤਾ। ਜਿਹਨੂੰ ਬਾਣੀ 'ਚ ਲਿਖਿਆ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰਿਆ ਜਾਂ ਮੁਰਦਾਰ ਨਾ ਖਾਏ। 84 ਤੱਕ ਤਾਂ ਗੁਬਾਰ ਸੀ, ਇਹ ਤੋਂ ਪਿੱਛੇ ਜਾਓਗੇ ਵੱਡਾ ਘੱਲੂਕਾਰਾ, ਛੋਟਾ ਘੱਲੂਕਾਰਾ, ਚਮਕੌਰ ਸਾਹਿਬ ਦੀ ਜੰਗ, 14 ਜੰਗਾਂ, 4 ਜੰਗਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ। ਅਗਲਿਆਂ ਨੂੰ ਤੁਹਾਡੀ ਵਿਚਾਰਧਾਰਾ ਪ੍ਰਵਾਨ ਨਹੀਂ ਹੈ। ਇੱਕ ਥਾਂ 'ਤੇ ਦਰਬਾਰ ਸਾਹਿਬ ਦੇ ਅੰਦਰ ਸਿੱਖ ਬੈਠੇ ਹੋਣਗੇ, ਬਾਕੀ 34 ਗੁਰਦੁਆਰੇ, 35 ਤੋਂ ਵੱਧ ਗੁਰਦੁਆਰਿਆਂ ਦੇ ਵਿੱਚ ਉਸ ਦਿਨ ਨੁਕਸਾਨ ਕੀਤਾ ਗਿਆ। ਚਲੋ ਤੁਸੀਂ ਕਿਸੇ ਬੰਦੇ ਦੇ ਹੱਥ ਵਿੱਚ ਫੜੇ ਹਥਿਆਰ ਦਾ ਬਹਾਨਾ ਬਣਾ ਸਕਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਚ ਵੀ ਗੋਲੀਆਂ ਲੱਗੀਆਂ ਨੇ। ਮੁੱਖ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਵਿਚਾਰਧਾਰਾ ਪ੍ਰਵਾਨ ਨਹੀਂ। ਜਿਹੜੀ ਵਿਚਾਰਧਾਰਾ
ਸਾਨੂੰ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਲਈ ਤਿਆਰ ਕਰਦੀ ਹੈ। ਕੀ ਪਰ ਅਜੋਕੇ ਸਿੱਖ ਦੇ ਕੋਲੋਂ ਵਿਚਾਰਧਾਰਾ ਹੈ? ਜਿਹੜੀ ਗੱਲ ਭਗਤ ਕਬੀਰ ਜੀ ਨੇ ਕਾਂਸੀ ਦੇ ਗੜ੍ਹ ਵਿੱਚ ਬਹਿ ਕੇ ਕਹੀ, ਇਹ ਗੱਲ ਬੜੀ ਵੱਡੀ ਹੈ। ਅੱਜ ਇੱਥੇ ਬੈਠ ਕੇ ਗੱਲ ਕਹਿ ਲੈਣੀ ਸੌਖੀ ਹੈ ਤੇ ਸੁਣ ਲੈਣੀ ਸੌਖੀ ਹੈ ਵੀ ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲਈਏ ਆ। ਬੰਨੇ ਬੰਨੇ ਬ੍ਰਾਹਮਣਾਂ ਦਾ ਗੜ੍ਹ ਹੋਵੇ ਤੇ ਵਿੱਚ ਬਹਿ ਕੇ ਭਗਤ ਕਬੀਰ ਜੀ ਇਹ ਗੱਲ ਕਹਿ ਰਹੇ ਹੋਣ ਵੀ ਸਾਨੂੰ ਤੁਹਾਡੀਆਂ ਇਹ ਮੂਰਤੀ ਪੂਜਾ ਵਾਲੀਆਂ ਗੱਲਾਂ ਪਸੰਦ ਨਹੀਂ ਹਨ। ਸਮਝ ਲਓ ਜਿਉਂਦੇ ਸ਼ਹੀਦ ਹੋਣ ਵਾਲੀ ਗੱਲ ਹੈ। ਜਦੋਂ ਭਗਤ ਕਬੀਰ ਜੀ ਇਹ ਗੱਲ ਕਹਿੰਦੇ ਹੋਣਗੇ, ਜਬ ਹਮ ਏਕ ਏਕ ਕਰ ਜਾਂਦੇ ਹਾਂ ਤਬ ਲੋਗਾ ਕਾਹੇ ਦੁੱਖ ਮਾਨਿਆ। ਜੇ ਅਸੀਂ ਇੱਕ ਰੱਬ ਦੀ ਗੱਲ ਮੰਨਦੇ ਹਾਂ ਤਾਂ ਤੁਹਾਨੂੰ ਕੀ ਤਕਲੀਫ ਹੈ? ਭਲਾ ਤਕਲੀਫ ਉਹਨਾਂ ਲੋਕਾਂ ਨੂੰ ਸੀ ਜਿਨ੍ਹਾਂ ਦੇ ਜ਼ਿਆਦੇ ਰੱਬ ਬਣਨ ਨਾਲ ਰੁਜ਼ਗਾਰ ਚੱਲਦਾ ਸੀ, ਜਿਹੜੇ ਥਾਂ ਥਾਂ 'ਤੇ ਤਰ੍ਹਾਂ ਤਰ੍ਹਾਂ। ਪਰ ਦੁੱਖ ਇਸ ਗੱਲ ਦਾ ਜਿਸ ਮਨਮਤ 'ਚੋਂ ਲੰਬਾ ਟਾਈਮ ਲਾ ਕੇ ਗੁਰੂ ਪਾਤਸ਼ਾਹ ਨੇ ਸਾਨੂੰ ਕੱਢਿਆ, ਅੱਜ ਉਹ ਮਨਮਤ ਸਾਡੇ ਕੋਲੋਂ ਗੁਰਦੁਆਰਿਆਂ 'ਚ ਡੇਰੇਦਾਰਾਂ ਦੇ ਰੂਪ 'ਚ ਸਾਡੇ ਕੋਲੋਂ ਕਰਵਾਈ ਜਾ ਰਹੀ ਹੈ। ਹੁਣ ਨਾਲ ਕੰਪੈਰੀਜ਼ਨ ਕਰਿਓ। ਇਹ ਕਿਤਾਬ ਹੈ ਹਮ ਹਿੰਦੂ ਨਹੀਂ, ਲਿਖਾਰੀ ਦਾ ਕੀ ਨਾਮ ਹੈ ਜੀ? ਭਲਾ ਕਿਸੇ ਨੂੰ ਪਤਾ ਹੋਵੇ, ਬੋਲੋ ਜੀ। ਭਾਈ ਤਾਨ ਸਿੰਘ ਜੀ ਨਾਭਾ। ਹਰ ਸਿੱਖ ਦੇ ਘਰ ਇਹ ਕਿਤਾਬ ਚਾਹੀਦੀ ਹੈ। ਉਸ ਕਿਤਾਬ ਦੀ ਭੂਮਿਕਾ ਜੇ ਗੱਲ ਲਿਖੀ ਹੈ, ਕਹਿੰਦੇ ਹਮ ਹਿੰਦੂ ਨਹੀਂ ਦਾ ਅਰਥ ਇਹ ਨਹੀਂ ਹੈ ਵੀ ਅਸੀਂ ਕਿਸੇ ਹਿੰਦੂ ਨਾਲ ਮਿਲਣਾ ਵਰਤਣਾ ਨਹੀਂ ਹੈ, ਕੱਲ ਨੂੰ ਤੁਹਾਡਾ ਕਿਸੇ ਨਾਲ ਬਿਜ਼ਨਸ ਸਾਂਝਾ ਨਾ ਹੋਵੇ, ਕਹਿੰਦੇ ਇਹ ਮਤਲਬ ਨਹੀਂ ਹੈ। ਜਾਤੀ ਤੌਰ 'ਤੇ ਨਫ਼ਰਤ ਨਹੀਂ ਕਰਨੀ, ਪਰ ਵਿਚਾਰਧਾਰਕ ਤੌਰ 'ਤੇ ਤੁਸੀਂ ਆਪਣੇ ਗੁਰੂ ਤੋਂ ਸਿਵਾਏ, ਇੱਕ ਅਕਾਲ ਦੀ ਪੂਜਾ ਤੋਂ ਸਿਵਾਏ ਕਿਸੇ ਥਾਂ ਥਾਂ 'ਤੇ ਮੱਥਾ ਨਹੀਂ ਟੇਕਣਾ। ਉਸ ਕਿਤਾਬ ਦੇ ਵਿੱਚ ਇੱਦਾਂ ਨਾ ਸਿਰਲੇਖ ਬਣੇ ਹੋਏ ਨੇ, ਪੇਪਰ ਕੀ ਕਰਦਾ ਅਤੇ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ। ਪਰ ਜਿਹੜੇ ਕੰਮ ਜੇ ਮੰਦਰ ਵਿੱਚ ਉਹ ਆਰਤੀਆਂ ਕਰਦੇ ਨੇ, ਤੁਹਾਨੂੰ ਅੱਜ ਉਹ ਕੇ ਸਮੇਂ ਦੇ ਅੰਦਰ ਦਸਤਾਰਧਾਰੀ ਸਿੱਖ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਕਰਦਾ ਦੱਸੇਗਾ। ਜੇ ਉਹ ਲੋਕ ਮੰਦਰ ਦੇ ਅੱਗੇ ਬਲੀਆਂ ਦਿੰਦੇ ਨੇ ਤੇ ਤੁਹਾਨੂੰ ਅਜੋਕੇ ਸਮੇਂ ਦੇ ਅੰਦਰ ਗੁਰਦੁਆਰਿਆਂ ਦੇ ਬਾਹਰ ਬੱਕਰੇ ਵੱਢ ਕੇ ਉਹਦਾ ਖੂਨ ਸ਼ਸਤਰਾਂ ਨੂੰ ਲਾ ਕੇ ਤੇ ਬੱਕਰੇ ਦਾ ਸੀਸ ਮਹਾਰਾਜ ਦੇ ਸਰੂਪਾਂ ਲੈ ਕੇ ਭੱਜੇ ਆ ਰਹੇ ਨੇ, ਉਹ ਕਰਮਕਾਂਡ ਜਿਹੜੇ ਬਲੀਆਂ ਮੰਦਰਾਂ ਗੁਰਦੁਆਰੇ ਦਿੰਦੀਆਂ ਸੀ ਉਹ ਬਲੀਆਂ 'ਚ ਗੁਰਦੁਆਰਿਆਂ ਵੀ ਦਿੱਤੀਆਂ ਜਾ ਰਹੀਆਂ ਨੇ। ਜਿੱਦਾਂ ਉਹ ਭੋਗ ਲਾਉਂਦੇ ਸੀ ਮੂਰਤੀਆਂ ਨੂੰ, ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁੱਖ ਛਾਰ, ਉਸੇ ਤਰ੍ਹਾਂ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਭੋਗ ਲਵਾਏ ਜਾ ਰਹੇ ਨੇ। ਸਿਰਫ ਗੁਰਦੁਆਰੇ 'ਚ ਕੜਾ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੈ, ਇੱਥੇ ਕੋਈ ਲੱਡੂ ਚੱਕੀ ਆਉਂਦਾ, ਇੱਥੇ ਕੋਈ ਛੋਲੇ ਚੱਕੀ ਆਉਂਦਾ ਅਤੇ ਮਾਫ਼ ਕਰਨਾ ਭਾਈ ਵੀ ਅੱਗੇ ਸ੍ਰੀ ਸਾਹਿਬ ਲੈ ਕੇ ਛੋਲਿਆਂ 'ਚ ਵੀ ਫੇਰ ਦਿੰਦਾ, ਲੱਡੂ ਵੀ ਭੰਨ ਦਿੰਦਾ ਕਿਰਪਾਨ ਨਾਲ, ਪੂੜੀ ਦੇ ਵਿੱਚ ਵੀ ਮੋਰੀ ਕਰਦਾ, ਗੁੱਸਾ ਨਾ ਮਨਾਇਆ ਹੋ ਕੀ ਕਿਤੇ। ਇੱਥੇ ਸਿਰਫ ਕੜਾ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੈ। ਅੱਜ ਤਾਂ ਗੁਰਦੁਆਰੇ ਨੂੰ ਅਸੀਂ ਮੰਦਰ ਬਣਾ ਤਰਿਆ, ਗੁਰਦੁਆਰੇ ਫੁੱਲੀਆਂ ਨਹੀਂ ਸੀ, ਅੱਜ ਡੇਰਿਆਂ 'ਚ ਕਿਤੇ ਮਿਸ਼ਰੀ ਦਾ ਪ੍ਰਸ਼ਾਦ ਹੈ ਅਤੇ ਕਿਤੇ ਫੁੱਲੀਆਂ ਦਾ ਪ੍ਰਸ਼ਾਦ ਹੈ। ਇੱਥੇ ਸਿਰਫ ਕੜਾ ਪ੍ਰਸ਼ਾਦ ਦੀ ਦੇਗ ਪ੍ਰਵਾਨ ਸੀ, ਸ੍ਰੀ ਸਾਹਿਬ ਕੜਾ ਪ੍ਰਸ਼ਾਦ ਦੀ ਦੇਗ ਸੀ, ਹੋਰ ਨਹੀਂ ਸੀ। ਅਤੇ ਉਹਦਾ ਵੀ ਸਿਰਫ ਇੰਨਾ ਸੀ, ਜਿੱਥੇ ਤੁਸੀਂ ਲੰਗਰ ਤਿਆਰ ਕੀਤਾ ਉੱਥੇ ਤੁਸੀਂ ਅਰਦਾਸਾਂ ਸੋਧ ਕੇ ਲੰਗਰ ਵਰਤਾ ਦਿਓ। ਕੜਾਹ ਪ੍ਰਸ਼ਾਦ ਦੀ ਦੇਗ ਵਿੱਚ ਸ੍ਰੀ ਸਾਹਿਬ ਪਰ ਸਾਡੇ ਇੱਦਾਂ ਲਿਆ ਕੇ ਰੱਖਣਗੇ, ਪਾਣੀ 'ਚ ਵੀ, ਚਾਹ 'ਚ ਵੀ, ਬਿਸਕੁਟ ਵੀ ਪਾਉਂਦੇ ਨੇ। ਗੁੱਸਾ ਨਾ ਮਨਾਏ, ਹੁਣ ਤਕੜਾ ਹਿਰਦਾ ਕਿਉਂ ਸੁਣਿਓ। ਅੱਜ ਤਾਂ ਪੇਪਰ ਆਉਂਦਾ ਹੋਣਾ, ਬਾਪੂ ਤੂੰ ਮੈਨੂੰ ਕਹਿੰਦਾ ਸੀ ਮੈਂ ਕਰਮ ਕਾਂਢੀ ਹਾਂ, ਆਪਣੇ ਸਿੱਖ ਨੂੰ ਵੇਖ ਇਹ ਇੱਦਾਂ ਥਾਲੀ ਦੇ ਬੰਨੇ ਕਿਰਪਾਨ ਲੈ ਕੇ ਖਲੋਤਾ ਵੀ ਜਿਵੇਂ ਥਾਲੀ ਦੇ ਵਿਚਲੇ ਪਕਵਾਨ ਭੱਜ ਚੱਲੇ ਨੇ। ਮਾਫ਼ ਕਰਨਾ, ਸਿਰਫ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਪ੍ਰਵਾਨਗੀ ਹੈ, ਬਾਕੀ ਜਿੱਥੇ ਤੁਸੀਂ ਲੰਗਰ ਤਿਆਰ ਕੀਤਾ ਉੱਥੇ ਵੀ ਅਰਦਾਸਾਂ ਸੋਧ ਕੇ ਤੁਸੀਂ ਛਕਾ ਸਕਦੇ ਹੋ। ਤੁਸੀਂ ਵੇਖਿਆ ਨਾ ਕਈ ਵਾਰੀ ਸਾਡੇ ਘਰ ਤੋਂ ਰਿਸ਼ਤੇਦਾਰ ਆਇਆ ਹੋਵੇ, ਉਹ ਕਹੇ ਜੀ ਲੰਗਰ ਛਕਾ ਦਿਓ, ਅਤੇ ਕੀ ਕਹਿੰਦੇ ਨੇ ਜੀ ਅਜੇ ਮਹਾਰਾਜ ਨੂੰ, ਉੱਚੀ ਬੋਲ ਕੇ ਦੱਸੋ, ਉੱਚੀ ਬੋਲੋ ਪਿਆਰੇ, ਉਹ ਮਹਾਰਾਜ ਨੂੰ ਕੀ ਭੋਗ ਮਹਾਰਾਜ ਨੇ ਲਾਉਣਾ? ਉੱਥੇ ਕਹਿ ਦਿਆ ਕਰੋ ਦੋ ਬੁਰਕੀਆਂ ਖਾ ਕੇ ਵੀ ਮਹਾਰਾਜ ਮੇਰੇ 'ਚ ਵੱਸਦਾ, ਵੇਖੋ ਮੈਂ ਭੋਗ ਲਾ ਲਿਆ ਅਤੇ ਮਹਾਰਾਜ ਨੇ ਲਾ ਲਿਆ। ਜਦੋਂ ਮਹਾਰਾਜ ਸਾਡੇ ਵਿੱਚ ਵੱਸਦਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਸ ਵਿਪਰਵਾਦ ਦੇ ਖਾਰੇ ਸਾਗਰ 'ਚੋਂ ਐਵੇਂ ਥੋੜ੍ਹਾ ਆਰ ਐੱਸ ਐੱਸ ਵਾਲੇ ਅੱਜ ਬਿਆਨ ਦੇ ਰਹੇ ਨੇ ਵੀ ਅਸੀਂ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ, ਸਾਡੀਆਂ ਹਰਕਤਾਂ ਸਾਡੀਆਂ ਕਰਤੂਤਾਂ ਵੇਖ ਕੇ ਉਹ ਬਿਆਨ ਦਾਗ ਰਹੇ ਨੇ। ਉਹਨਾਂ ਨੇ ਲੀਡਰਾਂ ਨੂੰ ਕਰਮਕਾਂਡ ਕਰਦੇ ਵੇਖਿਆ,
उन्होंने लीडर उन्होंने रागिया उन्होंने प्रचारकों सच है अगले सोले इतने मूर्तियां रख के मन्ने परमन्ने रागिया को अगलिया ने कीर्तन करा दिता मूर्तियां के सामने मन्या परमन्या नाम वर रागिया के कोलों गुरबाणी का कीर्तन करा दिता क्यों अगलिया गुरबाणी के कीर्तन का मतलब सी लिफाफे का मतलब सी उन्होंने ये नहीं वेख्या भी इतने मर्यादा धज्जियां उड़ रही हैं भला होवे उन्होंने योध्या का मैं रात के दीवान ची रा सा दीवान मुकेरिया से मैं उत्थे एक बेनती की भला होवे प्रोफेसर गुरमुख सिंह हुणा दा सिर चुकदा ज्ञानी देव सिंह के चरणा च जिहड़े बंदे घट उम्र के एडे लंबे पूरने पा गए बाबा खेम सिंह बेदी वर्गे दरबार साहब दियां प्रक्रमा च अपने गदेले ला के मत्थे टकाउंदे सी जे प्रोफेसर गुरमुख सिंह ते ज्ञानी दित सिंह वर्गे ना हुंदे उन्हां चुभ चुभ के गदेले सरोवर च सुटे सी भी गुरु की हजूरी च किसे नूं मत्था टकाउण दी आ गया सी उच्ची बोलो जी कि अजोके समय अंदर गुरु ग्रंथ साहब के सरूप के लागे बह के कि अज देहधारियों वालों मत्थे नहीं टिकाए जा रहे जी ओवरऑल जे आप पूरी दुनिया की गल करिए पंजाब च ला लो जम्मू का मैं पता कोई नहीं है मैं बयान दे दूँगा मैं तो पंजाब की गल करा कि पंजाब बहुत थावान पर होंगे बाकी इतों बारे तुहानू पता होगा देहधारी गुरु ग्रंथ साहब से माफ करना साढ़े वीर गुरद्वारे होना हो ते इदा पुछणगे न्याणे नूं टुटा पैसा हैगा मत्था टेकण लई इदा पुछणगे टुटे पैसे मतलब 10 रुपये हैगे आ 20 हैगे आ टुटे पैसे का भाव यह है ते जे किते देहधारी बाबा घर आ जाए फिर टुटा पैसा नहीं पुछदे फिर शुरुआत किन्ने तो हुंदी है बोल के दस्सो भला 100 तो 500 तो अगे 2000 तो भी हुंदी है चैक भी हो सकता बई चैक दे उत्ते रकम नहीं भरनी अपने आप ही भर लो जी ते नाले न्याणियां नूं इह कही जाणा गुरु ग्रंथ साहिब जी वड्डे ने ना 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 असी कोरा झूठ बोलदे आ गुरु ग्रंथ साहिब दी असी परवाह नहीं करदे घर विच गुरु ग्रंथ साहिब दा सरूप पिया हुंदा बाबा जी नूं घर सद के एदा पल्ला अडरे हुंदे आ कोई बचन कर जो जी भी जिस बापू दा अंदर प्रकाश कीता उहदे बचनां दा भंडार है उहदे विच ते लिखिया सतगुर बचन तुम्हारे निर्गुण निस्तारे महाबिखादी दुष्ट अपवादी ते पनीत संगारे जन्म भवंते नरक पड़ंते तिनके कोल उधारे कोए ना जाने कोए ना माने से प्रगट हर द्वारे कवन उपमा देओ कवन वडाई नानक खिन खिन वारे एडे बचना का भंडार होवे गुरु ग्रंथ साहिब जी दे विच ते असी दुनिया के लोगों नूं कहे जी कोई बचन कर दिओ यह विप्रवाद नहीं तो होर की है जिस दलदल चो सानू लंबा टाइम ला के सतगुर ने बाहर कढ़िया उस दलदल दे विच अज असी फसे पए आ तुसी इदा हम हिंदू ने किताब लैके पढ़ लो जो तुसी ओ काम पढ़ोगे तुहानू इंज लगेगा चो किहड़ा काम असी नहीं करदे बच्चे दे जन्म तो लैके प्राणी दे चढ़ाई करन तक साडे घर विच विप्रवाद है हुण तुसी पुछो किवें मर गए बंदियां प्रति श्राद्ध कराए जांदे कि नहीं कराए जांदे बोल के दस्सिओ जी श्राद्धा वाले दिनों च भाई एक दूजे के बिच वज रहे होंगे ने वो बेचारे सच्चे ने माफ करें उन्हों का कसूर नहीं है उन्होंने धक्के ना कहें जे वह कहे मैं नहीं जाना तो शिकायत लाने प्रधान को भी तुहाड़ा भाई आकड़ का श्राद्ध खान नहीं जाता मुड़ के कहते भाई मोटे हो गए अद्धा भारतीय कौम का चक्की फिरते हैं माफ करना जो नहीं खाते बेचारे मुड़ के रौला पाते हाए जी ये भाई साहब साढ़े घर श्राद्ध खान नहीं आए हाए भाई साहब जी साढ़े घर आते नहीं माफ करना बाणी च लिखे है जे कोई भाई सिद्धांतक तुहानू इह गल समझावे जिउंदे प्यो नू रोटी खवाओ जिउंदे मां नू गर्म रोटी गर्म फुलका ला के गर्म प्रशादा छकाओ ओदा ते गऊ मगर पेड़ा चक्की फिरदे भी ओह मां वा जिहड़ी मां ने जन्म दिता ओहनू कहिंदे सवेरे पका के रख दित्ती है शाम तक खाई जाई मैं चलिया सेवा ते मैं चलिया फलाने थां ते घूमण ते जिउंदे मां बाप की सेवा करो मगरों श्राद्ध मगरों मनमता करन दी सानू लोड़ नहीं जिस कर्म कांड चो लंबा टाइम ला के सतगुरु पातशाह की बाणी ने सानू कढ़िया ओह कर्म कांड अज साडे कोलों करवाए जा रहे ने यह बहाने ने अगले मारदे किदां ने बारों अज सरूप बड़ा कमालदा है हुण सुणियो ध्यान नाल दस्तार पहली गल ते मेरे वीरो तुहाडे अगे इक बेनती है सोहणियां दस्तारां सिर ते सजाउण दी आदत पाओ तुहानू तुसी एस एस पी नूं मिलण जाणा होवे डी जी पी नूं मिलण जाणा होवे आई जी नूं मिलण जाणा होवे ते इमानदारी नाल दस्सिओ किदां दी तैयारी करके जाओगे जी बोल के दस्सिओ भला आपे इमानदारी
मान लो तुहानू चार बंदे कहण भी अज आपां एसएसपी को टाइम लिया डीजीपी को टाइम लिया तो किदां दे बण के जावांगे जी भला बरमुंडा पा के जावांगे बोल के दस्सो जी ओ बोलो भाई पटका बन के जावांगे ए सोहणी दस्तार त्याग ताकि मेरा अद्धा प्रभाव मेरे कपड़ियां दा पवे जिहड़ा मिलण आया ये भी कोई पढ़िया लिखिया सियाणा इंसान हैगा है तो गुरुद्वारे किदां आ रहे भला आपां ईमानदारी नाल सोचियो कि कई बार बंदा सवेरे सैर करता करता बरमुंडा पाया उदा ही मथा टेक जाता यदा असर कितने पै रहा न्याणे से जोड़ा जवाक माँ नाल आया ना वो कहता माँ यदा मतलब गुरुद्वारे आने लिये तैयार होने की उच्ची बोलो जी लो सू बच्चे सवाल करते कहते भाई साहब तुम कहते हो भी गुरुद्वारे आना गुरु इन्होंने गलों का मतलब नहीं पर इकट्ठ च फर्क पैंदा है भी आ वेखो किन्ने सोहणे सरदार हुंदे ने सोहणियां जदों साडा फिल्मां च मजाक उड़ाउंदे आ फिर असीं थिएटर भांदे आ फिर असीं कहिंदे जी फिल्म बैन होनी चाहीदी है सिखां दा मजाक उड़ाया गया ते जिहड़ा असीं मजाक उड़ा रहे हां भी उम्र हैगी है 50 साल ते सिर ते की पता सिर्फ अद्धा मीटर का कपड़ा अद्धा मीटर का कपड़ा प्लेन विच मैं जहाज विच बंदे वेखे भी हद हो गई दस्तार है असं भी सफर करते हैं 50-50 घंटे सिर पर दस्तार नहीं लेंदी जे तुसी सोहने तरीके सजाई हो दस्तार दा तुहाडी एक अपनी महानता है एक अपनी एक परसनैलिटी है पर असी किस माफ करना कईयां दा तुसी वेखिया होगा बजुर्गों का भी बाजार भी जाना तो दस्तार जाण तो बिना नहीं जाना तो कई मेरे ख्याल च गुरुद्वारे भी इदा हो आते एयरपोर्ट पर भी उदा घूम आते पाठ भी उदा गल की है सानू अपनी बाहरली विचार से बाहरली दिखते सोहनी होनी चाहिए ना कर्मकांड की बात की गल है भी अपनी जिंदगी में तुसी किन्ने कर्मकांड छड़ने ने किन्नियां बुराइयां त्यागनियां ने दूजी गल अपनी जिंदगी में नियम बनाओ कि मैनू गुरबाणी पढ़नी आनी चाहिए मैं सहज पाठ करा मैनू दो अक्षर गुरबाणी के आते हो जे मैनू किस इस दस्तार बारे जे प्रोफेसर साहब सिंह उनका पहला नाम नथू राम से लगभग 1892 उन्हों का जन्म होंगे 7वीं-8वीं क्लास के उन्होंने सिख फौजी के सिर पर दस्तार वेखी उन्हों की जीवनी लैके पढ़े प्रोफेसर साहब सिंह की वो कहते की है जी कहते पग है दस्तार मेरे सिर पर भी बनो उन्हें बन दी तो कली पग ही नहीं बनाई कहते जिस कौम की यह पग है इस पग कौम का इतिहास की है तो पढ़ना शुरू किया 13 साल की उम्र के प्रोफेसर साहब सिंह ने खंडे की पौल ली हिंदू परिवार च पैदा होए नथू राम ना रहे तो ना बदल के की बन गया प्रोफेसर साहब सिंह गुरबाणी के अर्थ भावें बड़े विद्वाना ने किए ने पर प्रोफेसर साहब सिंह का कोई अजे हानि नहीं होया इनिया बरीकियां उन्होंने समझाइया कली पग नहीं बदली पग बनने के नाल नाल जिम्मेवारी भी समझी भी इस पग का मेरी जिंदगी में फर्ज की है मैं काम की करना है सोहनी दस्तार हो मैनू गुरबाणी बारे पता हो सिख नूं कोई तां पुछे भी भाई गुरबाणी बारे दस अगला एक गल पुछी अगला चार सुनावे कहिंदा भाई इन्हां नूं गुरबाणी बारे नॉलेज है ये नहीं भाई किसी कर्मकांड नूं करनगे ये पखंड नहीं करनगे ये किसी देह धारी गरी मथा नहीं टेकणगे अच्छा ये है कि बाहरली दिख बन गई अंदरों सिखी बारे पता कुछ नहीं जिथे जाई कीता जाके उथे अपना सिर झुका दिता लोड़ अज इस गल की है सानू गुरबाणी पढ़नी आप चाहिए जिहड़ी गल इत्थे भगत कबीर जी कहिंदे ने हमरा झगड़ा साडी किसे नाल कोई लड़ाई नहीं ना हिंदू वीर नाल लड़ाई है ना मुसलमान नाल साडी लड़ाई है साडी जंग है विचारधारक मूल नाम सही कैलेंडर की गल हुणे कीती जा रही सी जदों 2003 विच सरदार पाल सिंह पुरेवाल ने सारिआं दी सरबसंमति दे नाल इहनूं प्रवानगी दवाई ते सारिआं ने प्रवान कर लिया ते इस कैलेंडर दे विरोध विच किहना आवाज़ उठाई सी जिन्ने डेरेदार लोग सन क्योंकि जिन्ने भी डेरे ने मसिया तो बिना संग्राम तो बिना पूर्णमासियां तो बिना डेरे चलदे नहीं डेरियां नूं मेन इन्हां चीज़ां का बढ़ावा मिलता इत्थे पूर्णमासी बहुत लगती है इत्थे मसिया का इशनान बहुत फल दिंदा है संगरांद वाले दिन फलाने बाबा जी के दर्शन कर आइए तो महीना बहुत ही सौखा लंघदा ये मैं गल दस रहा पंजाब की कि तुसीं आपे लाई जाए भी पंजाब विच डेरे इदां चलदे आ कि जे फलाने थां ते मसिया बड़ी भरदी फलाने थां ते पुन्निया बड़ी भरदी फलाने थां ते संगरांद ते बड़ा कष्ट हुंदा
ਹੁਣ ਜਿਹੜਾ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਸੂਰਜੀ ਕੈਲੰਡਰ ਤਿਆਰ ਕੀਤਾ, ਉਹ ਕਲੈ ਹੁਣ ਉਹਨਾਂ ਨੇ ਹਿਜਰੀ ਕੈਲੰਡਰ ਵੀ ਤਿਆਰ ਕੀਤਾ। ਮੁਸਲਮਾਨ ਵੀਰਾਂ ਨੇ ਸਤਿਕਾਰ ਦਿੱਤਾ, ਸਤਿਕਾਰ ਤਾਂ ਸਿੱਖਾਂ ਨੂੰ ਵੀ ਕਰਨਾ ਚਾਹੀਦਾ ਸੀ, ਪਰ ਸਿੱਖਾਂ ਵਿੱਚ ਇੰਨੀ ਵਿਚਾਰ, ਆਪਾਂ ਜੇ ਸਿੱਧਾ ਜਿਹਾ ਠੇਠ ਭਾਸ਼ਾ 'ਚ ਵੀ ਜੇ ਗੱਲ ਕਰੀਏ ਨਾ ਤਾਂ ਸਿੱਧੀ ਵੀ ਸਮਝ ਆਉਂਦੀ ਬੰਦੇ ਨੂੰ ਵੀ ਵਿਰੋਧ ਨਾ ਵੀ ਕਰਨਾ ਹੋਵੇ। ਇੱਦਾਂ ਪੁੱਛੀਏ ਆਪਾਂ ਵੀ ਤੁਹਾਡੇ ਬੱਚੇ ਦਾ ਜਨਮ ਹੋਇਆ 5 ਨਵੰਬਰ ਨੂੰ, ਮੰਨ ਲਓ ਤੁਹਾਡੇ ਬੱਚੇ ਦਾ ਜਨਮ ਹੋਇਆ, ਬੋਲੋ ਜੀ 5 ਨਵੰਬਰ ਨੂੰ, ਮੰਨ ਲਓ ਵੀ ਤੁਹਾਡੇ ਬੱਚੇ ਦਾ ਜਨਮ 2010 ਵਿੱਚ 5 ਨਵੰਬਰ ਨੂੰ ਹੋਇਆ ਅਤੇ ਉਹਦਾ ਜਨਮ ਦਿਨ 2011 'ਚ ਕਿੰਨੇ ਨਵੰਬਰ ਨੂੰ ਮਨਾਓਗੇ ਤੁਸੀਂ, ਬੋਲੋ ਜੀ ਉੱਚੀ ਬੋਲੋ ਭੈਣੋ ਮੇਰੀ, ਉਹ ਵੀਰੋ ਬੋਲੋ ਕਿੰਨੇ ਨਵੰਬਰ ਨੂੰ, 19 ਨੂੰ ਮਨਾਓਗੇ ਨਾ ਕਿ ਇੱਦਾਂ ਕਹੋਗੇ ਪਤਾ ਨਹੀਂ ਸਾਡੇ ਪੁੱਤ ਦਾ ਜਨਮ ਦਿਨ ਐਲ ਕਿ ਦਸੰਬਰ 'ਚ ਆਉਣਾ ਕਿ ਪਤਾ ਨਹੀਂ ਜਨਵਰੀ 'ਚ ਆ ਜੇ, ਇੱਦਾਂ ਕਹੋਗੇ ਕਿ 5 ਨੂੰ ਮਨਾਓਗੇ, ਬੋਲੋ ਪਿਆਰੇ ਹੋ ਇਹ ਫਿਕਸ ਹੋ ਗਿਆ ਨਾ ਵੀ ਪਤਾ ਹੈ। ਜੇ ਸਾਨੂੰ ਆਪਣੇ ਬੱਚਿਆਂ ਦੇ, ਕਈ ਬਜ਼ੁਰਗਾਂ ਨੂੰ ਆਪਣੇ ਜਨਮ ਦਿਨ ਪਤਾ ਚੇਤਾ ਹੈ ਤੈ, ਤੇ ਜੇ ਸਰਦਾਰ ਪਾਲ ਸਿੰਘ ਪੁਰੇਵਾਲ ਨੇ 23/5 ਜਨਵਰੀ ਨੂੰ ਫਿਕਸ ਕਰ ਦਿੱਤਾ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਤੇ ਇਹ 'ਚ ਤਕਲੀਫ ਕੀ ਸੀ ਭਲਾ, ਇਹ 'ਚ ਹਰਜ ਕੀ ਸੀ ਜੇ ਆਪਾਂ ਸਾਰੇ ਇੱਦਾਂ ਮੰਨ ਲੈਂਦੇ, ਹਰਜ ਤਾਂ ਕੋਈ ਨਹੀਂ ਸੀ ਨਾ ਵੀ ਆਪਾਂ ਨੂੰ ਚੇਤਾ, ਸਾਨੂੰ ਅਗਲੇ ਸਾਨੂੰ 2-4-5-7 ਸਾਲਾਂ ਵਿੱਚ ਨਾ ਸਾਨੂੰ ਕੈਲੰਡਰ ਵੱਲ ਵੇਖਣ ਦੀ ਲੋੜ ਹੀ ਨਹੀਂ ਸੀ ਪੈਣੀ, ਸਾਨੂੰ ਮੂੰਹ ਜ਼ਬਾਨੀ ਇਹ ਗੱਲਾਂ ਯਾਦ ਹੋ ਜਾਣੀਆਂ ਸੀ। ਪਰ ਵਿਪਰ ਨਹੀਂ ਨਾ ਚਾਹੁੰਦਾ ਤੁਹਾਨੂੰ ਇਹ ਗੱਲਾਂ ਯਾਦ ਹੋਵੇ, ਉਹ ਚਾਹੁੰਦਾ ਵੀ ਜਦੋਂ ਜੁਲਾਈ ਅਗਸਤ ਸਤੰਬਰ ਮਹੀਨਾ ਲੰਘੇ ਅਤੇ ਸਿੱਖ ਨੇ ਆਪਣੇ ਪੁੱਤਰ ਦਾ ਵਿਆਹ ਕਰਨਾ ਹੋਵੇ ਅਪ੍ਰੈਲ 'ਚ, ਸਿੱਖ ਨੇ ਆਪਣੇ ਪੁੱਤਰ ਦਾ ਵਿਆਹ ਕਰਨਾ ਹੋਵੇ ਜਨਵਰੀ ਫਰਵਰੀ 'ਚ, ਇਹ ਜੰਤਰੀ ਡੀਕੇ ਵੀ ਜੰਤਰੀ ਆ ਲੈਣ ਦਿਓ ਕਿਤੇ ਕੋਈ ਵਿੱਚ ਗੁਰਪੁਰਬ ਨਾ ਆ ਜਾਏ। ਅਤੇ ਆਮ ਆਪਣੇ ਪਰਿਵਾਰਾਂ 'ਚ ਕਹਿੰਦੇ ਸੀ ਇਹਦੇ ਨਵੇਂ ਸਾਲ ਦੀ ਜੰਤਰੀ ਨਹੀਂ ਆਈ, ਕਿਤੇ ਇਹ ਨਾ ਹੋਵੇ ਉਧਰੋਂ ਆਪਾਂ ਵਿਆਹ ਤੈਅ ਕਰ ਲਈਏ ਅਤੇ ਵਿੱਚੇ ਕੋਈ ਗੁਰਪੁਰਬ ਆ ਜਾਏ। ਅਗਲਾ ਸਾਨੂੰ ਤੈਅ ਕਰਕੇ ਦਿੰਦਾ ਸੀ ਵੀ ਪ੍ਰਕਾਸ਼ ਪੁਰਬ ਤੁਹਾਡੇ ਗੁਰੂ ਦਾ, ਅਤੇ ਦੱਸਾਂਗਾ ਮੈਂ, ਇਹ ਕਿਤਾਬ ਹੈ ਕੱਤਕ ਕੇ ਵਿਸਾਖ, ਲਿਖਾਰੀ ਕੌਣ ਹੈ ਜੀ ਭਲਾ ਉਹਦਾ, ਬੋਲ ਕੇ ਦੱਸਿਓ। ਹਾਂਜੀ ਢਿੱਲੀ ਜੀ ਆਵਾਜ਼ ਆ ਰਹੀ ਹੈ। ਸਰਦਾਰ ਕਰਮ ਸਿੰਘ ਹਿਸਟੋਰੀਅਨ, ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਕਿਤਾਬ ਲਿਖੀ ਹੈ ਕੱਤਕ ਕੇ ਵਿਸਾਖ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਪਾਂ ਸਾਰੇ ਕਿੱਦਾਂ ਬੋਲਦੇ ਹਾਂ ਭਲਾ, ਕਿੰਨੀ ਨੂੰ ਹੈ ਆਪਾਂ ਆਮ, ਜਦੋਂ ਸਾਨੂੰ ਕੋਈ ਬੱਚਾ ਪੁੱਛਦਾ ਕਦੋਂ ਆਪਾਂ ਕੀ ਕਹਿੰਦੇ, 15 ਅਪ੍ਰੈਲ 1400, ਬੋਲੋ ਪਿਆਰੇ ਹੋ 15 ਅਪ੍ਰੈਲ ਹੀ ਕਹਿੰਦੇ ਹਾਂ ਨਾ, 14 ਕਹਿ ਲਓ 15 ਕਹਿ ਲਓ, ਅਪ੍ਰੈਲ ਹੀ ਕਹਿੰਦੇ ਹਾਂ ਨਾ, ਅਤੇ ਮਨਾਉਂਦੇ ਕਦੋਂ ਆ, ਸਾਰੇ ਬੋਲ ਕੇ ਦੱਸੋ ਨਵੰਬਰ, ਯਾਨੀ ਕਿ ਕੱਤਕ ਦੀ ਪੂਰਨਮਾਸ਼ੀ ਨੂੰ, ਕਿਉਂਕਿ ਜਿਹੜੀ ਕਿਤਾਬ ਕੱਤਕ ਕੇ ਵਿਸਾਖ ਹੈ ਨਾ, ਸਵਾਏ ਬਾਲੇ ਵਾਲੀ ਜਨਮ ਸਾਖੀ ਤੋਂ ਜਿੰਨੀਆਂ ਵੀ ਜਨਮ ਸਾਖੀਆਂ ਨੇ ਉਹਨਾਂ ਨੇ ਮੋਹਰ ਲਾਈ ਹੈ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਅਪ੍ਰੈਲ ਦੇ ਮਹੀਨੇ 'ਚ ਹੋਇਆ, ਵਿਸਾਖ ਦੇ ਮਹੀਨੇ 'ਚ ਹੋਇਆ ਸਵਾਏ ਬਾਲੇ ਤੋਂ, ਕਿਉਂਕਿ ਬਾਲੇ ਨਾਂ ਦਾ ਬੰਦਾ ਹੋਇਆ ਹੀ ਨਹੀਂ, ਭਾਈ ਗੁਰਦਾਸ ਤੋਂ ਵੱਡੀ ਤੇ ਗਵਾਹੀ ਕੋਈ ਹੋਰ ਨਹੀਂ ਸਕਦੀ। ਭਾਈ ਗੁਰਦਾਸ ਜੀ ਨੇ ਇੱਦਾਂ ਲਿਖਿਆ, ਇੱਕ ਬਾਬਾ ਅਕਾਲ ਰੂਪ ਅੱਗੇ, ਅਤੇ ਭਾਈ ਗੁਰਦਾਸ ਜੀ ਦੀ ਬਾਲੇ ਨਾਲ ਕੋਈ ਦੁਸ਼ਮਣੀ ਸੀ ਭਲਾ, ਜੇ ਬਾਲਾ ਹੁੰਦਾ ਉਹਦਾ ਵੀ ਨਾਂ ਲਿਖ ਦਿੰਦੇ। ਇਹਦਾ ਮਤਲਬ ਬਾਲਾ ਇੱਕ ਪਾਤਰ ਘੜਿਆ ਗਿਆ ਬਕਾਇਦਾ ਪਲੈਨਿੰਗ ਨਾਲ, ਅਤੇ ਫੋਟੋਆਂ ਬਣ ਗਈਆਂ ਇੱਕ ਬਣੇ। ਅੱਛਾ ਭੁੱਖ ਲੱਗਦੀ ਮਰਦਾਨੇ ਨੂੰ, ਬੋਲੋ ਭੇਡੂ ਬਣਦਾ ਮਰਦਾਨਾ, ਅਤੇ ਜਦੋਂ 20 ਰੁਪਏ ਫੜਾਉਣ ਦੀ ਵਾਰੀ ਆਉਂਦੀ ਉਹ ਮਹਿਤਾ ਕਲਿਆਣ ਦੱਸ ਕੇ ਇਹਨੂੰ ਫੜਾਉਂਦਾ ਬਾਲੇ ਨੂੰ, ਵੀ ਜਾਣੀ ਕਿ ਬਾਲਾ ਇੰਨਾ ਸਿਆਣਾ ਸੀ ਨਾ ਉਹਨੂੰ ਲੱਗੇ ਭੁੱਖ, ਨਾ ਉਹਨੂੰ ਲੱਗੇ ਤੇ, ਨਾ ਉਹਨੂੰ ਕੋਈ ਫਰਕ ਪਵੇ, 20 ਰੁਪਏ ਬਾਲੇ ਨੂੰ ਫੜਾਏ ਗਏ। ਇਹ ਇਹ ਸਾਖੀਆਂ ਸਾਡੇ 'ਚ ਪਾ ਦਿੱਤੀਆਂ ਗਈਆਂ, ਅਤੇ ਐਡਾ ਜਦੋਂ ਢਾਡੀ ਸੁਣਾਉਂਦੇ ਸਾਹ ਸਿੰਘ, ਅਤੇ ਜਦੋਂ 20 ਰੁਪਏ ਸ਼ਿਕਾ ਦੇ ਭੁੱਖੇ ਸਾਧੂਆਂ ਨੂੰ ਜਦੋਂ ਵਾਪਸ ਆਏ, ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਥੱਪੜ ਮਾਰੇ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਨਾਨਕ ਸਾਹਿਬ ਦੇ ਪਿਤਾ ਨੇ ਗੁਰੂ ਨਾਨਕ ਸਾਹਿਬ ਦੀਆਂ ਪੂਰੀਆਂ ਗੂੜੀਆਂ ਗੱਲਾਂ 'ਤੇ ਥੱਪੜ ਮਾਰੇ, ਅਤੇ ਅੱਗੇ ਬੈਠੀ ਸੰਗਤ ਰੋਈ ਜਾਂਦੀ ਆ, ਨਾਲੇ ਜੇਬਾਂ 'ਚੋਂ ਹੱਥ ਪਾ ਕੇ 500-500 ਦੇ ਨੋਟ ਕੱਢੀ ਜਾਂਦੇ, ਨਾਲੇ ਹੰਝੂ ਵਾਹੀ ਜਾਂਦੇ ਆ, ਨਾਲੇ ਆਪਣੇ ਗੁਰੂ ਦੇ ਮੁੱਖ 'ਤੇ ਚਪੇੜਾਂ ਮਰਾਈ ਜਾਂਦੇ ਆ। ਕਿਹੜਾ ਇਤਿਹਾਸ ਹੈ, ਸੋਚ ਕੇ ਤਾਂ ਵੇਖੋ ਮੈਦਾ। ਹੁਣ ਦੱਸਿਓ ਇਮਾਨਦਾਰੀ ਨਾਲ, ਸੱਪ ਛਾਂ ਕਰਦਾ ਹੈ ਨਾ ਗੁਰੂ ਨਾਨਕ ਸਾਹਿਬ ਨੂੰ, ਸੱਪ ਛਾਂ ਕਰਦਾ ਕਿਉਂ, ਕਿਉਂਕਿ ਸੱਪ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਸਾਹਿਬ ਰੱਬ ਦਾ ਰੂਪ ਹੈ, ਅਤੇ ਮਹਿਤਾ ਕਲਿਆਣ ਦਾਸ ਚਪੇੜਾ ਮਾਰਦਾ, ਇਹਦਾ ਮਤਲਬ ਸੱਪ ਸਿਆਣਾ ਹੋਇਆ ਮਹਿਤਾ ਕਲਿਆਣ ਦਾਸ ਨੂੰ ਪਤਾ ਨਾ ਲੱਗਾ ਵੀ ਇਹ ਰੱਬ ਦਾ ਰੂਪ ਹੈ।
ਲਖਾਰੀ ਨੇ ਇੰਨਾ ਕਹਿਰ ਕਮਾਇਆ, ਉਹਨੇ ਸੱਪ ਉੱਚਾ ਕਰ ਦਿੱਤਾ ਤੇ ਗੁਰੂ ਨਾਨਕ ਸਾਹਿਬ ਦੇ ਪਿਤਾ ਨੂੰ ਨੀਵਾਂ ਵਿਖਾਤਾ। ਉਹ ਪਰਿਓ, ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਬਹੁਤ ਸਿਆਣੇ ਨੇ, ਉਹਨਾਂ ਨੂੰ ਆਪਣੇ ਪੁੱਤਰ ਬਾਰੇ ਸਾਰਾ ਪਤਾ ਹੈ, ਘਰ ਦੀਆਂ ਜ਼ਿੰਮੇਵਾਰੀਆਂ ਪਿੱਛੇ ਮਹਿਤਾ ਕਲਿਆਣ ਦਾਸ ਨੇ ਚੱਕੀਆਂ ਨੇ, ਤਾਂ ਗੁਰੂ ਨਾਨਕ ਸਾਹਿਬ ਬਾਹਰ ਜਾ ਕੇ ਪ੍ਰਚਾਰ ਕੀਤਾ ਹੈ, ਪਿੱਛੇ ਉਹ ਬੇਫਿਕਰ ਨੇ। ਪਿਤਾ ਜੀ ਨੇ ਕਿਹਾ ਮੈਂ ਘਰ ਦਾ ਸਾਰਾ ਪ੍ਰਬੰਧ ਕਰਾਂਗਾ, ਪੁੱਤਰ ਜੀ ਤੁਸੀਂ ਤਗੜੇ ਹੋ ਕੇ ਸਮਾਜ ਦਾ ਸੁਧਾਰ ਕਰੋ। ਤੇ ਇੱਥੇ ਚਪੇੜਾ ਮਰਾ ਰਹੇ ਨੇ ਕੌਣ ਭਲਾ, ਬੋਲ ਕੇ ਦੱਸਿਆ ਜੀ, ਸਾਡੇ ਢਾਡੀ, ਸਾਡੇ ਕਮਿਸ਼ਨਰ, ਸਾਡੇ ਪ੍ਰਚਾਰਕ ਤੇ ਸੰਗਤਾਂ ਅੱਗੇ ਪਰਲ ਪਰਲ ਅੱਖਾਂ 'ਚ ਅੱਥਰੂ ਵਹਾਈ ਜਾਂਦੀਆਂ, ਤੇ ਜਿਹੜੇ ਖੰਡ ਵਾਸਤੇ ਪੈਸੇ ਰੱਖੇ ਹੁੰਦੇ ਉਹ ਵੀ ਚੁੱਕੇ ਢਾਡੀ ਪ੍ਰਚਾਰਕ ਨੂੰ ਦੇ ਆਉਂਦੇ। ਇਹ ਸਾਡੀ ਕੌਮ ਦਾ ਇਤਿਹਾਸ ਸੁਣਾਇਆ ਜਾ ਰਿਹਾ। ਸੱਪ ਛਾਂ ਕਰਦਾ ਹੈ, ਸੱਪ ਸਿਆਣਾ ਹੈ, ਸਾਖੀਆਂ ਸਾਡੇ ਦਿਮਾਗ 'ਚ ਪਾ ਦਿੱਤੀਆਂ, ਏਦਾਂ ਦੀਆਂ ਕਹਾਣੀਆਂ ਸਾਡੇ ਦਿਮਾਗ 'ਚ ਵਾਰ ਦਿੱਤੀਆਂ, ਪਾ ਦਿੱਤੀਆਂ। ਕਿਤਾਬ ਹੈ ਕੱਤਕ ਕੇ ਵਿਸਾਖ, ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ, ਕਦੀ ਉਹ ਕਿਤਾਬ ਲੈ ਕੇ ਪੜ੍ਹਿਓ, ਸਟਾਲ ਦੇ ਉੱਤੋਂ ਲੈ ਕੇ। ਕੋਸ਼ਿਸ਼ ਕਰਿਓ ਵੀ ਅੰਮ੍ਰਿਤਸਰ ਤੁਹਾਡਾ ਕੋਈ ਰਿਸ਼ਤੇਦਾਰ ਸਾਖ ਸੰਬੰਧੀ ਗਿਆ ਹੋਵੇ ਉਹਨੂੰ ਫੋਨ ਕਰਿਓ, 10-20-30 ਕਿਤਾਬਾਂ ਲੈ ਕੇ ਆ ਭਾ, ਹਰ ਘਰ 'ਚ ਪਈ ਹੋਵੇ, ਉਹਨੂੰ ਬਰੀਕੀ ਨਾਲ ਪੜ੍ਹਿਓ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਵਿਸਾਖ ਦੇ ਮਹੀਨੇ 'ਚ, ਅਤੇ ਇਹਨੂੰ ਕੱਤਕ ਦੀ ਪੂਰਨਮਾਸ਼ੀ ਨੂੰ ਕਿਉਂ ਖੜਿਆ, ਕਿਉਂਕਿ ਬ੍ਰਾਹਮਣ ਦੇ ਮੁਤਾਬਕ ਕੱਤਕ ਦੇ ਮਹੀਨੇ 'ਚ ਜਿਹੜਾ ਨਿਆਣਾ ਪੈਦਾ ਹੁੰਦਾ ਉਹ ਕਲਹਿਣਾ ਹੁੰਦਾ। ਕਿਸੇ ਬਿੱਪਰ ਨੂੰ ਪੁੱਛ ਕੇ ਵੇਖਿਓ ਜਾ ਕੇ, ਉਹਦੇ ਮੁਤਾਬਕ ਉਹਦੇ ਲੱਛਣ ਚੰਗੇ ਨਹੀਂ ਹੁੰਦੇ। ਉਹ ਗੁਰੂ ਨਾਨਕ ਸਾਹਿਬ ਨੂੰ ਉਹ ਉਹਨਾਂ ਬੱਚਿਆਂ ਦੀ ਕਤਾਰ 'ਚ ਖੜਾ ਕਰਨਾ ਚਾਹੁੰਦਾ ਤਾਂ ਕਿ ਲੋਕਾਂ ਦੇ ਦਿਮਾਗ 'ਚ ਗੱਲਾਂ ਪਾ ਸਕੇ। ਅੱਜ 25 ਬੱਚੇ ਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਦਾ, ਵੈਸੇ ਇਸ ਸਾਲ ਕਾਫੀ ਸਾਲਾਂ 'ਤੇ ਮੈਂ ਜਰਮਨ ਸੀ ਅਪ੍ਰੈਲ ਦੇ ਮਹੀਨੇ 'ਚ, ਉੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਉਹਨਾਂ ਨੇ ਅਪ੍ਰੈਲ ਦੇ ਮਹੀਨੇ 'ਚ ਮਨਾਇਆ। ਕੋਸ਼ਿਸ਼ ਕਰੋ, ਮੈਂ ਜੰਮੂ ਦੀ ਗੱਲ ਬਾਹਰਲੀਆਂ ਕੰਟਰੀਆਂ ਤੱਕ ਵੀ ਜਾ ਕੇ ਕੀਤੀ ਹੈ। ਅੱਜ 2-3 ਸਾਲ ਪਹਿਲਾਂ ਮੈਂ ਵੀ 5 ਜਨਵਰੀ ਨੂੰ ਪ੍ਰਕਾਸ਼ ਪੁਰਬ 'ਤੇ ਸੀ, ਅਤੇ ਮੈਂ ਗਦਗਦ ਹੋਇਆ ਵੀ ਇੱਕ ਸਟੇਜ ਤਾਂ ਕਮ ਸੇ ਕਮ ਸਿੱਖਾਂ ਦੇ ਵਿੱਚ ਏਕਾ ਹੈ ਕਿ ਅਸੀਂ ਸਾਰੇ ਇਕੱਠੇ ਹੋਏ ਹਾਂ ਕਿ 5 ਜਨਵਰੀ ਨੂੰ ਗੁਰੂ ਕੇ ਸਿੱਖ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਂਦੇ ਨੇ, ਤਾਂ ਕਿ ਇਹਦੇ ਨਾਲ ਦੂਜੀਆਂ ਸਟੇਟਾਂ 'ਤੇ ਵੀ, ਦੂਜੀਆਂ ਸੂਬਿਆਂ 'ਤੇ ਵੀ ਇਸ ਗੱਲ ਦਾ ਅਸਰ ਪਵੇ ਕਿ ਸਿੱਖ ਭਾਈ ਹੌਲੀ ਹੌਲੀ ਵਿਪਰਵਾਦ ਦੇ ਜੂੜੇ ਥੱਲਿਓਂ ਆਪਣੇ ਆਪ ਨੂੰ ਕੱਢ ਰਹੇ ਨੇ। ਪਰ ਕੁਝ ਹੈ ਨੇ ਗੁਰਦੁਆਰੇ ਜਿਹੜੇ ਵਿਦੇਸ਼ਾਂ 'ਚ ਬੈਠੇ ਵੀ ਆਪਣੇ ਆਪ ਨੂੰ ਵਿਪਰਵਾਦ ਦੇ ਜੂੜੇ ਥੱਲਿਓਂ ਕੱਢਣ ਨੂੰ ਤਿਆਰ ਨਹੀਂ। ਅੱਛਾ, ਨਾਗਪੁਰ ਨੂੰ RSS ਦਾ ਗੜ੍ਹ ਕਹਿੰਦੇ ਹਨ, ਨਾਗਪੁਰ ਦੇ ਵਿੱਚ ਵੀ 4-5 ਕਮੇਟੀਆਂ ਨੇ ਜਿੱਥੇ ਅਸੀਂ ਹਰ ਸਾਲ ਜਾਂਦੇ ਹਾਂ, ਉਹਨਾਂ ਨੇ ਵੀ 5 ਜਨਵਰੀ ਨੂੰ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨਾਗਪੁਰ ਦੇ ਵਿੱਚ ਮਨਾਇਆ ਸੀ, ਇਹ ਅਹਿਸਾਸ ਕਰਾਉਣ ਲਈ ਕਿ ਭਾਈ ਅਸੀਂ ਤੁਹਾਡੇ ਇਸ ਜੂੜੇ ਦੇ ਥੱਲੇ ਆਪਣਾ ਸਿਰ ਦੇਣ ਲਈ ਤਿਆਰ ਹੋਣਾ ਨਹੀਂ ਆ। ਪਰ ਸਮਝਾਓ ਸਿੱਖਾਂ ਨੂੰ, ਵਿੱਚ ਕਈ ਕਹਿਣਗੇ ਲੈ ਆ ਨਵੇਂ ਉੱਠੇ ਸੰਗਰਾਂਦਾਂ ਹੀ 2 ਕਰਦੀਆਂ, ਭਾਵੇਂ 3 ਹੋ ਜਾਣ, ਤੁਸੀਂ ਸੰਗਰਾਂਦ ਤੋਂ ਕੀ ਲੈਣਾ, ਵੀ ਸੂਰਜ ਤੁਹਾਨੂੰ ਪੁੱਛ ਕੇ ਚੜ੍ਹਨਾ ਕਿ ਸੂਰਜ ਤੇ ਆਪਣੇ ਆਪ ਹੀ ਚੜ੍ਹਨਾ। ਕਈ ਪੁੱਛਣਗੇ ਜੀ ਅੱਜ ਕਿੱਥੇ ਚੱਲਿਆ, ਕਹਿੰਦਾ ਮੈਂ ਸੰਗਰਾਂਦ ਮਨਾਉਣ ਚੱਲਿਆ, ਵੀ ਉਹ ਰੁੱਸੀ ਆ ਵੀ ਜਿਹੜੀ ਮਨਾ ਕੇ ਲਿਆਉਣੀ ਹੈ, ਵੀ ਭਲਿਆ ਤੂੰ ਨਾ ਵੀ ਜਾਏਗਾ ਸੰਗਰਾਂਦ ਮਨ ਜਾਣੀ ਹੈ। ਇਹ ਸੰਗਰਾਂਦ ਸ਼ਬਦ ਬਣਿਆ ਸੀ ਸੰਗਰਾਂਦ ਤੋਂ, ਸੰਗਰਾਂਦ ਦਾ ਅਰਥ ਕੀ ਸੀ, ਜਦੋਂ ਇੱਕ ਰਾਸ਼ੀ ਤੋਂ ਸੂਰਜ ਦੂਜੀ ਰਾਸ਼ੀ ਵਿੱਚ ਜਾਂਦਾ ਹੈ ਉਸ ਸਮੇਂ ਨੂੰ ਸੰਗਰਾਂਦ ਕਹਿੰਦੇ ਸੀ, ਅਤੇ ਗੁਰਦੁਆਰਿਆਂ 'ਚ ਇਕੱਠ ਹੁੰਦਾ ਸੀ, ਅਰਦਾਸਾਂ ਲੋਕ ਕਰਦੇ ਸੀ, ਸਾਡਾ ਦਿਨ ਸ਼ੁੱਭ ਲੰਘੇ ਸਾਡਾ। ਹੁਣ ਜੇ ਇੱਦਾਂ ਕਹੋਗੇ ਵੀ ਸੰਗਰਾਂਦ ਦੇ ਸੰਗਰਾਂਦ ਵਾਲਾ ਦਿਨ ਬੜਾ ਪਵਿੱਤਰ ਹੈ, ਅਤੇ ਗੁਰਬਾਣੀ ਵਿੱਚ ਤਾਂ 7 ਵਾਰ ਵੀ ਹੈਗੇ ਆ, ਸੋਮਵਾਰ ਦਾ ਸ਼ਬਦ ਵੀ ਹੈਗਾ, ਮੰਗਲਵਾਰ ਦਾ ਸ਼ਬਦ ਵੀ ਹੈਗਾ, ਆਦਤ ਕਰੇ ਭਗਤ ਆਰੰਭ, ਇੱਥੇ ਐਤਵਾਰ ਦਾ ਸ਼ਬਦ ਵੀ ਹੈਗਾ। ਫਿਰ ਤਾਂ ਸਾਨੂੰ ਰੋਜ਼ ਗੁਰਦੁਆਰੇ ਆਉਣਾ ਪੈਣਾ, ਗੁਰਬਾਣੀ ਰੋਜ਼ ਪੜ੍ਹਨੀ ਪੈਣੀ, ਰੋਜ਼ ਸਮਝਣੀ ਪੈਣੀ ਹੈ। ਗੁਰਬਾਣੀ 'ਚ ਲਿਖਿਆ ਸੋਈ ਦਿਨ ਸੋ ਸੁਹਾਵੜਾ, ਜਿੱਤ ਪ੍ਰਭ ਆਵੈ ਚਿੱਤ, ਜਿੱਤ ਦਿਨ ਵਿਸਰੈ ਪਾਰ ਬ੍ਰਹਮ ਤੇ ਫਿੱਟ ਭੁਲੇਰੀ। ਸਿੱਖ ਅਜੋਕੇ ਸਮੇਂ 'ਚ ਇੱਦਾਂ ਪੜ੍ਹ ਰਿਹਾ, ਜਬ ਲਗ ਖਾਲਸਾ ਰਹੇ ਨਿਆਰਾ, ਅੱਗੇ ਪੜ੍ਹੋ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ। ਤੇ ਇੱਦਾਂ ਲੜਕੀ ਵਾਲਿਆਂ ਦੇ ਘਰ ਫੋਨ ਲਾ ਕੇ ਪੁੱਛਦੇ, ਭਾਈ ਸਾਹਿਬ ਜੀ ਆਪਣੀ ਲੜਕੀ ਦਾ ਬਾਇਓਡਾਟਾ ਦਿਓ, ਜਨਮ ਤਰੀਕ ਦੱਸਿਓ, ਕੀ ਕਰਨੀ ਜੀ, ਕੁੰਡਲੀ ਮਿਲਾ ਕੇ ਵੇਖਣੀ ਹੈ। ਤੇ ਨਾਲ ਪੜ੍ਹੀ ਜਾਂਦੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ। ਵਿਪਰਨ ਕੀ ਰੀਤ ਤੇ ਤੁਸੀਂ ਕਰ ਰਹੇ ਹੋ, ਤੁਸੀਂ ਆਪਣੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਵਿਪਰ ਦੇ ਮੁਤਾਬਕ ਪੁੱਛ ਕੇ ਕਰ ਰਹੇ ਹੋ। ਧੀ ਤੁਹਾਡੀ, ਪੁੱਤ ਤੁਹਾਡਾ, ਘਰ ਤੁਹਾਡਾ, ਗੱਡੀ ਤੁਹਾਡੀ, ਕਈ ਏਦਾਂ ਦੇ ਬੰਦੇ ਆ ਗੱਡੀ ਲੈਣ ਜਾਣੀ ਹੋਵੇ ਉਹ ਵੀ ਪੁੱਛ ਕੇ ਜਾਂਦੇ ਜੀ ਕਿਹੜਾ ਦਿਨ ਚੰਗਾ। ਆ ਕਈ ਵੇਖੋ ਸ਼ਨੀਵਾਰ ਨਾ, ਏਜੰਸੀ ਵਾਲੇ ਕਹਿਣਾ 50,000 ਗੱਡੀ ਸਸਤੀ ਲੈ ਜਾਓ, ਨਾ ਜੀ ਨਾ, ਸ਼ਨੀਵਾਰ ਲੋਹਾ ਨਹੀਂ ਲਿਆਉਣਾ,
ਬੁੱਧ ਦੇ ਕੰਮ ਉੱਚੀ ਬੋਲੋ ਜੀ ਸ਼ੁੱਧ, ਬੁੱਧ ਦੇ ਕੰਮ ਸ਼ੁੱਧ। ਇਹ ਕੀਨੀਆ ਦੇਸ਼ ਦੀ ਗੱਲ ਹੈ, ਸਾਊਥ ਅਫਰੀਕਾ। ਉੱਥੇ ਇੱਕ ਵੀਰ ਗੱਡੀ ਲੈਣ ਗਿਆ ਤੇ ਉਹਦੀ ਪਤਨੀ ਕਹਿੰਦੀ ਵੀ ਗੱਡੀ ਲੈ ਆ, ਕਹਿੰਦਾ ਨਹੀਂ ਅੱਜ ਨਹੀਂ ਲੈ ਕੇ ਆਉਣੀ, ਅੱਜ ਸ਼ਨੀਵਾਰ ਹੈ ਬੁੱਧਵਾਰ ਲੈ ਕੇ ਆਉਂ। ਉਹ ਕਹਿੰਦੀ ਲੈ, ਔਰਤ ਵਿਚਾਰੀ ਪੜ੍ਹੀ ਲਿਖੀ ਸੀ ਭੈਣ, ਕਹਿੰਦੀ ਵਹਿਮ ਨਹੀਂ ਕਰੀਦਾ ਹੁੰਦਾ, ਕਹਿੰਦਾ ਨਾ ਨਾ ਬੁੱਧਵਾਰ ਲੈ ਕੇ ਆਉਣੀ ਹੈ, ਸ਼ਨੀਵਾਰ ਨਹੀਂ ਲੈ ਕੇ ਆਉਣੀ, ਸ਼ਨੀਵਾਰ ਲੋਹਾ ਘਰ ਲੈ ਕੇ ਨਹੀਂ ਆਈਦਾ। ਪਹਿਲੀ ਗੱਡੀ ਸੀ, ਬੁੱਧਵਾਰ ਲੈ ਕੇ ਘਰ ਆ ਰਿਹਾ, ਗੇਟ ਦੇ ਅੰਦਰ ਜਦੋਂ ਪ੍ਰਵੇਸ਼ ਕਰਾਉਣ ਲੱਗਾ, ਹੁਣ ਜਦੋਂ ਨਾ ਜਾ ਚੋਵੇ ਬੰਦਾ ਕਈ ਵਾਰੀ ਭੁਲੇਖੇ ਨਾਲ ਬ੍ਰੇਕ ਦੀ ਜਗ੍ਹਾ ਐਕਸੀਲੀਟਰ 'ਤੇ ਵੀ ਪੈਰ ਰੱਖ ਬਹਿੰਦਾ, ਉਹ ਨੱਪਣੀ ਬ੍ਰੇਕ ਸੀ ਤੇ ਪੈਰ ਆ ਗਏ ਐਕਸੀਲੀਟਰ ਤੇ, ਗੱਡੀ ਆਪਣੀ ਕੰਧ 'ਚ ਮਾਰ ਕੇ ਤੇ ਅੱਗੇ ਚਿੱਬੀ ਕਰ ਲਈ। ਘਰ ਵਾਲੀ ਕਹਿੰਦੀ ਬੁੱਧ ਦੇ ਕੰਮ ਸ਼ੁੱਧ, ਹੋ ਸਕਦਾ ਸ਼ਨੀਵਾਰ ਲਿਆਉਂਦਾ ਤੇ ਬਾਜਾਂ ਦਾ, ਇਹ ਤੇ ਬੁੱਧਵਾਰ ਤੂੰ ਲੈਣ ਗਿਆ ਸੀ। ਗੱਡੀ ਵੱਜਣ ਲੱਗਿਆ ਨਾ ਬੁੱਧਵਾਰ ਦਿਖਣਾ ਤੇ ਨਾ ਵੀਰਵਾਰ ਦੱਸਣਾ ਨਾ ਸ਼ੁੱਕਰਵਾਰ ਦਾ, ਗੱਡੀ ਨੂੰ ਵਿਚਾਰੀ ਨੂੰ ਵੀ ਪਤਾ ਵੀ ਅੱਜ ਬੁੱਧਵਾਰ ਹੈ ਕਿ ਅੱਜ ਵੀਰਵਾਰ ਹੈ, ਉਹਨੂੰ ਤੂੰ ਐਕਸੀਲੀਟਰ ਨਾ ਪਾਉਣੇ ਤੁਰ ਪੈਣਾ, ਤੂੰ ਦੋ ਭੈੜੇ ਸ਼ਬਦ ਬੋਲ ਕੇ ਤੁਰ ਪਾ, ਗੱਡੀ ਨੇ ਉਨੀ ਐਵਰੇਜ ਦੇਣੀ ਹੈ, ਸਰਵਿਸ ਕਰਾ। ਪਰ ਕਈ ਬੰਦੇ ਆ, ਤੁਸੀਂ ਵੇਖੋ ਅਸੀਂ ਅਸੀਂ ਖਲੋਤੇ ਕਿੱਥੇ ਹੋਏ ਆ, ਸਾਡੇ ਦਿਮਾਗ 'ਚ ਕਿੱਦਾਂ ਦਾ ਕੀੜਾ ਬੈਠਾ ਹੋਇਆ, ਜਿਹੜੀ ਵਿਚਾਰਧਾਰਾ 'ਚੋਂ ਸਾਨੂੰ ਗੁਰਮਤ ਅੱਜ ਲਾਲ ਪੀਲੇ ਧਾਗੇ ਤੁਸੀਂ ਵੇਖਿਓ, ਬੜੇ ਬੜੇ ਮੰਤਰੀਆਂ ਦੇ ਜਿੰਨੇ ਵਹਿਮੀ ਬੰਦੇ ਆ, ਮੁੰਦਰੀਆਂ ਪਾਈਆਂ ਹੋਣਗੀਆਂ ਹਰੇ ਰੰਗ ਦੀ, ਪੀਲੇ ਰੰਗ ਦੀ, ਲਾਲ ਰੰਗ ਦੀ, ਕਾਲੇ ਰੰਗ ਦੀ ਮੁੰਦਰੀਆਂ ਲਗਾਂ ਵਾਲੀਆਂ, ਆਪਣੇ ਹੱਥਾਂ 'ਚ ਧਾਗੇ ਪਾਏ ਹੋਣਗੇ, ਘਰਾਂ 'ਤੇ ਨਜ਼ਰ ਵੱਟੂ ਟੰਗੇ ਹੋਣਗੇ, ਵਹਿਮ ਭਰਮ ਪਖੰਡ ਕਰਮ ਕਾਂਡ ਸਿਰੇ ਦਾ ਜਿਸ ਵਿਪਰਵਾਦ ਤੋਂ ਸਾਨੂੰ ਗੁਰਮਤਿ ਮਹਾਰਾਜ ਦੇ ਦੀਵਾਨ 'ਚ ਇੱਕ ਬੇਨਤੀ ਕੀਤੀ ਸੀ। ਕਈ ਨਾ ਆਪਣੇ ਘਰ 'ਚ ਟੀ ਵੀ 'ਚ ਨਾ ਕੀਰਤਨ ਸੁਣਦੇ ਆ, ਨਾ ਪਾਠ ਸੁਣਦੇ ਆ, ਡੀਕ ਰਹੇ ਹੁੰਦੇ ਆ, ਕਿਹਨੂੰ ਪਤਾ ਜਿਹੜੇ ਪੰਡਿਤ ਜੀ ਨੇ ਰਾਸ਼ੀਆਂ ਦਾ ਫਲ ਦੱਸਣਾ, ਉਹ ਜਦੋਂ ਉਹ ਦੱਸਣ ਦੀ ਵਾਰੀ ਆਉਂਦੀ ਨਾ, ਉਦੋਂ ਟੀ ਵੀ ਆਨ ਕਰਕੇ ਅੱਗੇ ਬਹਿ ਜਾਂਦੇ, ਉਹ ਫਿਰ ਇੱਦਾਂ ਦੱਸਦਾ, ਕੁੰਭ ਰਾਸ਼ੀ ਵਾਲਾ ਆਜ ਆਪਣੇ ਦੋਸਤੋਂ ਸੇ ਦੂਰੀ ਬਣਾ ਕੇ ਰੱਖੇ। ਹੁਣ ਦੋਸਤਾਂ ਨੇ ਘੁੰਮਣ ਦਾ ਪ੍ਰੋਗਰਾਮ ਬਣਾਇਆ ਹੁੰਦਾ ਵੀ ਅੱਜ ਆਪਾਂ ਨਾ ਸ਼੍ਰੀਨਗਰ ਘੁੰਮਣ ਜਾਣਾ, ਦੋਸਤ ਸਵੇਰੇ ਫੋਨ ਕਰਦੇ ਕਹਿੰਦਾ ਚਲੀਏ, ਕਹਿੰਦਾ ਨਹੀਂ ਰਾਤ ਦਾ ਪੇਟ ਜਿਹਾ ਖਰਾਬ ਹੋ ਗਿਆ, ਚਾਰ ਵਾਰ ਵਾਸ਼ਰੂਮ ਆਇਆ। ਵਾਸ਼ਰੂਮ ਕਿੱਦਾਂ ਹੋਇਆ ਵੀ ਜੋਤਸ਼ੀ ਪੰਡਿਤ 'ਚ ਬੈਠੇ ਨੇ ਲੂਜ ਮੋਸ਼ਨ ਲਵਾ ਦਿੱਤੇ ਤੈਨੂੰ, ਉਹਨੇ ਕਿਹਾ ਦੋਸਤਾਂ ਤੋਂ ਦੂਰੀ ਬਣਾ ਕੇ ਰੱਖੀ, ਤੈਨੂੰ ਇਹ ਵੀ ਕਿਤੇ ਗਿੱਚੀ ਨੱਪ ਕੇ ਰਾਹ 'ਚ ਲੁੱਟ ਨਾ ਲੈਂਦੇ ਹੁਣ। ਵੇਖੋ ਇੱਕ ਪੰਡਿਤ ਦਾ ਪਲੈਨ, ਇੱਕ ਜੋਤਸ਼ੀ ਸਾਡੇ ਦਿਮਾਗ 'ਚ ਕਿੱਦਾਂ ਗੁਬਾਰ ਖੜਾ ਕਰ ਰਿਹਾ, ਏਦਾਂ ਵਹਿਮ ਭਰਮ ਪਖੰਡ, ਅਸੀਂ ਕਿਹੜੇ ਨਿਆਰੇਪਣ ਦੀ ਗੱਲ ਕਰਦੇ ਪਏ ਹਾਂ। ਵਿਪਰਵਾਦ ਸਾਡੇ ਦਿਮਾਗ 'ਚ ਕੁੱਟ ਕੁੱਟ ਕੇ ਭਰਿਆ ਪਿਆ। ਅੱਜ ਪੁੱਤਰਾਂ ਧੀਆਂ ਦੇ ਵਿਆਹ ਕਰਾਉਣ ਲੱਗਿਆਂ ਲੋਕ ਪੁੱਛਣ ਜਾਂਦੇ ਆ, ਧੀ ਮੰਗਲੀਕ ਤੇ ਨਹੀਂ, ਆ ਗੁਰਦਾਸਪੁਰ ਦੇ ਏਰੀਏ 'ਚ ਇੱਕ ਪੰਜਾਬੀ ਪਰਿਵਾਰ, ਅਖਬਾਰ ਦੇ ਵਿੱਚ ਖਬਰ ਛਪੀ ਸੀ, ਪੰਜਾਬੀ ਪਰਿਵਾਰ ਪੰਡਿਤ ਕੋਲ ਚਲੇ ਗਿਆ, ਉਹਨੇ ਕਿਹਾ ਜੀ ਤੁਹਾਡੀ ਧੀ ਮੰਗਲੀਕ ਹੈ, ਇਹਦਾ ਤੁਸੀਂ ਵਿਆਹ ਪਹਿਲਾਂ ਕਿਸੇ ਉੜਦੇ ਪੰਛੀ ਨਾਲ ਕਰੋ, ਫਿਰ ਇਹਦੇ ਵਾਸਤੇ ਯੋਗ ਵਰਕ ਲੱਭ ਕੇ ਕਰਿਓ, ਨਹੀਂ ਤੇ ਇਹਦਾ ਸੁਹਾਗ ਚੜ੍ਹਾਈ ਕਰ ਜੂ। ਉਹਨਾਂ ਕਦੇ ਲੱਭ ਲੁੱਭ ਕੇ ਕਬੂਤਰ ਲੱਭਿਆ, ਅਖਬਾਰ ਵਾਲਿਆਂ ਲਿਖਿਆ ਕਬੂਤਰ ਦੇ ਪਹੁੰਚੇ ਨਾਲ ਧਾਗਾ ਵਧਾ, ਭਰਾ ਕਬੂਤਰ ਨੂੰ ਅੱਗੇ ਅੱਗੇ ਲੈ ਕੇ ਜਾਣ, ਪਿੱਛੇ ਪਿੱਛੇ ਉਹ ਲੜਕੀ ਤੁਰੇ, ਹੁਣ ਕਬੂਤਰ ਛੱਡ ਦਿੱਤਾ ਤੇ ਉਹਦਾ ਵਿਆਹ ਲੜਕੀ ਨਾਲ ਕਰਤਾ। ਜੇ ਕਿਤੇ ਕਬੂਤਰ ਬੋਲਦਾ ਹੋਵੇ ਤੇ ਕੇਸ ਕਰ ਦੇ ਵੀ ਮੇਰੇ ਨਾਲ ਤੇ ਡਿਵੋਰਸ ਨਹੀਂ ਲਿਆ, ਤੂੰ ਦੂਜਾ ਵਿਆਹ ਕਰਾ ਲਿਆ। ਅਸੀਂ ਤੇ ਆਪ ਆਪਣਾ ਜਲੂਸ ਕਢਾ ਰਹੇ ਹਾਂ, ਨਿਸ਼ਾਨ ਸਾਹਿਬ ਅਸੀਂ 100-100 ਫੁੱਟ ਲਾ ਲਿਆ ਤੇ ਅਕਲ ਸਾਡੀ ਧਰਤੀ ਤੋਂ ਵੀ ਨੀਵੀਂ ਚਲੇ ਗਈ। ਕਿਉਂ ਪੁੱਛਣ ਜਾਂਦੇ ਜੋਤਸ਼ੀਆਂ ਨੂੰ, ਢੋਲਕੀ ਗਲ 'ਚ ਪਾਈ ਹੁੰਦੀ ਹੈ, ਚਿਮਟੇ ਸਾਡੇ ਛੱਤ ਨੂੰ ਜਾ ਰਹੇ ਹੁੰਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਤੇ ਜੋਸ਼ੀ ਦੀ ਦੁਕਾਨ ਅੱਗੋਂ ਦੀ ਲੰਘਦੀ, ਕਹਿੰਦਾ ਜਿਹੜਾ ਸਭ ਤੋਂ ਵੱਧ ਢੋਲਕੀ ਕੱਢਦਾ ਨਾ, ਇਹ ਪਰਸੋਂ ਮੈਨੂੰ ਪੁੱਛਣ ਆਇਆ ਸੀ ਜੀ ਬਾਹਰ ਦਾ ਵੀਜ਼ਾ ਲੱਗ ਜੂ ਕਿ ਨਹੀਂ ਲੱਗ ਜੂ। ਇਹਦੇ ਕਮਾਲ ਦੀ ਗੱਲ ਵੇਖੋ, ਮਾਫ਼ ਕਰਨਾ, ਅਸੀਂ ਢੋਲਕੀਆਂ ਪਾੜ ਦਿੱਤੀਆਂ, ਚਿਮਟੇ ਅਸੀਂ ਵਿੰਗੇ ਕਰਨ ਤੇ ਪੜ ਪੜ ਕੇ, ਅਸੀਂ ਆਪਣੀ ਸੋਚ ਨਹੀਂ ਬਦਲ ਸਕੇ। ਜਿੰਨੀ ਦੇਰ ਤੱਕ ਤੁਸੀਂ ਆਪਣੀ ਸੋਚ ਨਹੀਂ ਬਦਲੋਗੇ, ਗੁਰਬਾਣੀ ਦਾ ਕੀ ਅਰਥ ਹੈ? ਮਾਫ਼ ਕਰਨਾ ਅਕਾਲ ਤਖ਼ਤ ਦਾ ਜੇ ਢਹਿਣ ਦੀ ਗੱਲ ਕਰੋਗੇ, ਬਹੁਤ ਵਾਰੀ ਬਾਹਰੋਂ ਆਈਆਂ ਤਾਕਤਾਂ ਨੇ ਢਾਇਆ, ਇਹ ਪਹਿਲੀ ਵਾਰੀ ਹੋਇਆ ਕਿ ਇਸ ਦੇਸ਼ ਦੀ ਸਰਕਾਰ ਨੇ ਖੁਦ ਅਕਾਲ ਤਖ਼ਤ ਦੇ ਉੱਤੇ ਹਮਲਾ ਕੀਤਾ। ਪਰ ਜਿਹੜੇ ਅਸੀਂ ਖੁਦ ਗੁਰਬਾਣੀ ਦੇ ਸਿਧਾਂਤ ਨੂੰ ਢਾਹ ਲਾ ਰਹੇ ਹਾਂ, ਅਸੀਂ ਤਗੜੇ ਹੋ ਜਾਵਾਂਗੇ ਨਾ, ਕਿਸੇ ਦੀ ਹਿੰਮਤ ਨਹੀਂ। ਆਪਣੇ ਆਪ ਨੂੰ ਇੰਨੇ ਤਗੜੇ ਕਰ ਲਓ, ਇੰਨੀ ਤੁਹਾਡੇ 'ਚ ਮਜ਼ਬੂਤੀ ਆ ਜਾਏ। ਐਵੇਂ ਨਹੀਂ ਅਗਲੇ ਬਿਆਨ ਡਾਕ ਰਹੇ ਆਰ ਐੱਸ ਐੱਸ, ਮਾਫ਼ ਕਰਨਾ ਇਹ ਗੱਲ ਮੈਂ ਸੱਚੀ ਕਹਿਣਾ, ਪੰਜਾਬ 'ਚ ਨਾ ਭਈਆ ਰੱਖਣਾ ਹੋਵੇ ਨਾ ਖੇਤਾਂ 'ਚੋਂ, ਕਹਿੰਦੇ ਭਾਈ ਪਹਿਲਾਂ ਉਹਦਾ ਆਧਾਰ ਕਾਰਡ ਵੇਖੋ, ਪਿੰਡ ਵੇਖੋ ਕਿਹੜੇ ਦਾ, ਪੂਰਾ ਪਰੂਫ ਹੋਵੇ, ਨਹੀਂ ਤਾਂ ਤੁਹਾਡਾ ਪਰਿਵਾਰ ਮਾਰ ਕੇ ਚਲੇ ਗਿਆ। ਸਾਨੂੰ ਨਾ ਬਾਅਦ ਵਿੱਚ ਆਖਿਓ, ਗੁੱਸਾ ਨਾ ਮਨਾਇਓ। ਹੁਣ ਮੈਂ ਇੱਕ ਸ਼ਬਦ ਕਹਿਣ ਲੱਗਾ, ਗ੍ਰੰਥੀ ਰੱਖਣ ਲੱਗਿਆਂ ਵੀ ਪੂਰਾ ਪਰੂਫ ਹੋਵੇ ਵੀ ਇਹ ਗ੍ਰੰਥੀ ਦਾ ਪਿੰਡ ਕਿਹੜਾ, ਇਹਦਾ ਆਧਾਰ ਕਾਰਡ, ਇਹਦੇ ਨਿਆਣੇ ਕਿੰਨੇ, ਇਹ ਕਿਹੜੇ ਪਿੰਡ ਦਾ। ਮਾਫ਼ ਕਰਨਾ, ਅਗਲਿਆਂ ਦਾਅਵੇ ਕਰ ਦਿੱਤੇ ਆ ਕਿ ਇਹਨਾਂ ਵਿੱਚੋਂ ਕੁਝ ਪ੍ਰਸੈਂਟ ਸਾਡੇ ਰਾਗੀ ਤੇ ਸਾਡੇ ਗ੍ਰੰਥੀ ਨੇ, ਬਾਹਰੋਂ ਵੇਖਣ ਨੂੰ ਸਰੂਪ ਬਿਲਕੁਲ ਸਿੱਖਾਂ ਵਾਲੇ ਲੱਗਦੇ ਨੇ, ਤੇ ਅਸੀਂ ਸੋਚਦੇ ਹਾਂ ਬੜਾ ਕਮਾਲ ਦਾ, ਬੜਾ ਭਾਈ ਸਾਹਿਬ ਬਾਣੀ ਪੜ੍ਹਦਾ। ਜਿੰਨਾ ਯਾਰ ਹੁਣ ਮੰਨ ਲਓ ਇੱਥੇ ਮੈਂ ਬੈਠਾ,
ਜਿੰਨੀ ਦੇਰ ਤੱਕ ਤੁਹਾਨੂੰ ਗ੍ਰੰਥੀਆਂ ਰਾਗੀਆਂ ਪ੍ਰਚਾਰਕਾਂ ਦੇ ਬਾਇਓਡਾਟਾ ਦਾ ਨਹੀਂ ਪਤਾ ਵੀ ਕਿਹੜੇ ਪਿੰਡ ਦਾ ਕਿਹੜੇ ਇਲਾਕੇ ਦਾ, ਇਹ ਦਿੱਲੀ ਘਟਨਾ ਵਾਪਰੀ ਸੀ। ਦਿੱਲੀ ਦਾ ਇੱਕ ਗ੍ਰੰਥੀ ਪਟਿਆਲੇ ਉਹਨੇ ਆਪਣੀ ਧੀ ਦਾ ਆਨੰਦ ਕਾਰਜ ਕੀਤਾ, ਇੰਡੀਆ ਅਵੇਅਰਨੈਸ ਵਿੱਚ ਇਹ ਘਟਨਾ ਛਪੀ ਸੀ। ਕਦੀ ਗੁਰੂ ਕੇ ਸਿੱਖੋ ਪੜ੍ਹਨ ਦਾ ਸਮਾਂ ਕੱਢੋ ਆਪਣੇ ਜੀਵਨ 'ਚ। ਉਹਨੇ ਜਿਹੜਾ ਪਟਿਆਲੇ ਵਿਆਹ ਦੇ ਕਾਰਜ ਛਪਾਏ ਉਹਦੇ 'ਤੇ ਲਿਖਿਆ ਜੋਗਰਾਜ ਸ਼ਰਮਾ, ਜਿਹੜਾ ਉਹਨੇ ਛਪਾਇਆ ਦਿੱਲੀ 'ਚ ਗ੍ਰੰਥੀ ਉੱਥੇ ਕਾਰਜ ਛਪਾਏ ਵਿਆਹ ਦੇ, ਉੱਥੇ ਲਿਖਿਆ ਜੋਗਾ ਸਿੰਘ ਦੀ ਧੀ ਦਾ ਆਨੰਦ ਕਾਰਜ। ਹੁਣ ਉਹਨੇ ਉੱਥੇ ਸ਼ਗਨ ਲੈਣਾ ਸੀ। ਪਟਿਆਲੇ ਹੈ ਬੇਸਿਕ ਉਹ ਜੋਗਰਾਜ ਸ਼ਰਮਾ ਸੀ, ਗ੍ਰੰਥੀ ਜੋਗਾ ਸਿੰਘ ਨਾਂ 'ਤੇ ਬਣਿਆ ਹੋਇਆ ਸੀ। ਇੰਡੀਆ ਅਵੇਅਰਨੈਸ ਦੇ ਵਿੱਚ ਪੂਰੀ ਉਹ ਖਬਰ ਛਪੀ ਹੋਈ ਸੀ ਕਿ ਗੱਲ ਕੀ ਸੀ ਕਿ ਉਹਨੇ ਆਪਣੀ ਧੀ ਦੀਆਂ ਲਾਵਾਂ ਪੂਰੀਆਂ ਵੇਦੀ ਦੇ ਬੰਨੇ ਕਰਾਈਆਂ, ਸਿਰਫ ਉਹਨੇ ਵਿੱਚ ਬੈਠ ਕੇ। ਹੁਣ ਕਿੰਨਾ ਕੁ ਟਾਈਮ ਲੱਗਦਾ, ਗੁੱਸਾ ਨਾ ਮਨਾਇਓ, ਤਗੜਾ ਹਿਰਦਾ ਕੇ ਸੁਣਿਓ। ਚਮਨ ਲਾਲ ਸਿਰੋਂ ਮੋਨਾ ਸੀ, ਸਾਡੇ ਲੋਕ ਰੌਲਾ ਪਾਉਣ ਲੱਗ ਪਏ, ਹਾਏ ਇਹਨੂੰ ਗੁਰਬਾਣੀ ਦਾ ਕੀਰਤਨ ਨਹੀਂ ਕਰ ਦੇਣਾ, ਇਹ ਸਿਰੋਂ ਮੋਨਾ ਹੈ। ਉਹ ਨਿਰਾਸ਼ ਹੋ ਕੇ ਘਰ ਬਹਿ ਗਿਆ। ਥੋੜ੍ਹੇ ਕੁ ਦਿਨ ਨਿਰਾਸ਼ ਹੋ ਕੇ ਬੈਠਾ, ਵਿੱਚੋਂ ਕਹਿਣ ਵਾਲਿਆਂ ਕਿਹਾ ਕੇਸ ਰੱਖਣ ਨੂੰ ਕਿੰਨਾ ਕੁ ਟਾਈਮ ਲੱਗਦਾ, ਪੱਗ ਬੰਨਣ ਨੂੰ ਕਿੰਨਾ ਕੁ ਟਾਈਮ ਲੱਗਦਾ। ਉਹਨੇ ਪੱਗ ਵੀ ਬੰਨ ਲਈ, ਕੇਸ ਵੀ ਰੱਖ ਲੈ, ਅਤੇ ਪਖੰਡ ਅੱਜ ਵੀ ਉਹ ਉੱਚੀ ਬੋਲ ਕੇ ਦੱਸਣ, ਖਾਲੀ ਥਾਂ 'ਤੇ ਭਾਵੇਂ ਸਾਰੀਆਂ ਗੱਲਾਂ ਸਾਡੇ ਕੋਲ ਨਾ ਘੁਆਇਆ ਕਰੋ, ਕਿਉਂਕਿ ਤੁਹਾਡੇ ਵੱਲ ਕੈਮਰਾ ਕਿਸੇ ਵੱਲ ਨਹੀਂ ਹੈਗਾ, ਸਾਰੀ ਫੋਟੋ ਸਾਡੀ ਆ ਰਹੀ ਹੈ। ਕਈ ਵਾਰੀ ਬੰਦਾ ਡਰ ਜਾਂਦਾ ਨਾ ਵੀ ਕਿਤੇ ਮੇਰਾ ਮੂੰਹ ਨਾ ਵਿੱਚ ਆ ਜਾਏ। ਚਮਨ ਲਾਲ ਦੇ ਘਰ ਉੱਦਾਂ ਹੀ ਮੰਦਰ ਬਣਿਆ ਹੋਇਆ ਹੈ। ਦਿੱਲੀ ਦਾ ਇੱਕ ਰਾਗੀ ਮੈਂ ਬੰਗਲਾ ਸਾਹਿਬ ਕਥਾ ਕਰਨ ਗਿਆ, ਕਹਿੰਦਾ ਭਾਈ ਸਾਹਿਬ ਸਾਨੂੰ ਸਮਾਗਮ ਦੇ ਘਰ ਸੱਦ ਲਿਆ ਅਤੇ ਘਰ 'ਚ ਨਾ ਵਧਾਈ ਦਿੱਤੀ ਜਾਵੇ, ਕਾਹਦੀ, ਪ੍ਰਕਾਸ਼ ਪੁਰਬ ਦੀ ਵਧਾਈ ਹੋਵੇ। ਮੈਂ ਕਿਹਾ ਕਿਸੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਕਹਿੰਦੇ ਨਹੀਂ ਜੀ ਭਾਈ ਚਮਨ ਲਾਲ ਜੀ ਦਾ ਅੱਜ ਜਨਮਦਿਨ ਹੈ, ਜਨਮਦਿਨ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਹੋਵੇ। ਇੱਥੇ ਇੱਕ ਰੱਬ ਨੂੰ ਰੋਂਦੇ ਜੇ ਕਈ ਭਾਈ ਸਾਹਿਬ ਕਹਿ ਅਖਵਾ ਕੇ ਵੀ ਦੁਨੀਆਂ 'ਤੇ ਰੱਬ ਬਣ ਕੇ ਬੈਠੇ। ਇੱਥੇ ਮਤਲਬ ਰੱਬ ਅਤੇ ਭਾਈ ਅਤੇ ਸੰਤ ਦਾ ਮਤਲਬ ਨਹੀਂ ਹੈ, ਮਤਲਬ ਹੈ ਕਿ ਕੋਈ ਭਾਈ ਅਖਵਾ ਕੇ ਵੀ ਆਪਣੇ ਪੈਰਾਂ 'ਤੇ ਮੱਥੇ ਟਿਕਾ ਸਕਦਾ ਅਤੇ ਆਪਣੀ ਪੂਜਾ ਰੱਬ ਦੀ ਤਰ੍ਹਾਂ ਕਰਵਾ ਸਕਦਾ। ਅਗਲਿਆਂ ਨੇ ਉੱਦਾਂ ਹੀ ਪੈਰਾਂ 'ਤੇ ਮੱਥੇ ਟਿਕਾਏ, ਉੱਦਾਂ ਹੀ ਪੂਜਾ ਕਰਾਈ, ਉੱਦਾਂ ਹੀ ਲੋਕ ਚਰਨ ਪਾਉਂਦੇ ਨੇ। ਅਸੀਂ ਕਿਹਾ ਜੀ ਹੁਣ ਸਰੂਪ ਬਾਹਰੋਂ ਧਾਰਨ ਕਰ ਰਿਹਾ ਪਰ ਅੰਦਰ 'ਤੇ ਚੇਂਜ ਨਹੀਂ ਨਾ ਹੋਇਆ, ਅੰਦਰ 'ਤੇ ਉੱਦਾਂ ਹੀ ਪਖੰਡ ਹੈ, ਉੱਦਾਂ ਹੀ ਕਰਮ ਕਾਂਡ ਹੈ, ਬਾਹਰਲੇ ਸਰੂਪ ਦੀ ਗੱਲ ਨਾ ਕਰਿਆ ਕਰੋ। ਬਾਹਰਲਾ ਸਰੂਪ ਤਾਂ ਗੁਰਮੀਤ ਰਾਮ ਰਹੀਮ ਦਾ ਵੀ ਬੜਾ ਵਧੀਆ, ਉਹਦੇ ਸਿਰ 'ਤੇ ਪੱਗ ਬਣਾਈ ਹੋਵੇ ਨਾ ਅਤੇ ਉੱਤੋਂ ਦੀ ਸ਼੍ਰੀ ਸਾਹਿਬ ਪਾਈ ਹੋਵੇ ਅਤੇ ਮੈਂ ਖਿਆਲ 'ਚ ਕਿ ਕਾਲ ਤੱਕ ਦਾ ਜਹਿਦਾਰ ਵੀ ਲਾ ਸਕਦੇ ਹਾਂ ਆਪਾਂ ਉਹਨੂੰ। ਜੇ ਗੁਰਮੀਤ ਰਾਮ ਰਹੀਮ ਦੇ ਉੱਤੋਂ ਦੀ ਸ਼੍ਰੀ ਸਾਹਿਬ ਪਾਈ ਹੋਵੇ, ਭੀੜੀ ਪਜਾਮੀ ਪਾਈ ਹੋਵੇ, ਕਿਸੇ ਜਹਿਦਾਰ ਦਾ ਉਨਾ ਟੋਰ ਹੀ ਨਹੀਂ ਹੋਣਾ ਜਿੰਨਾ ਉਹਦਾ, ਜਿੰਨਾ ਉਹਦਾ ਚਿਹਰਾ ਦਗਦਾ ਕਰਦਾ। ਜੇ ਤੁਸੀਂ ਸਰੂਪ ਦੀ ਗੱਲ ਕਰੋਗੇ, ਲੀਡਰਾਂ ਦੇ ਸਰੂਪ ਹੈ ਨਹੀਂ, ਲੀਡਰਾਂ ਦੇ ਸਿਰਾਂ 'ਤੇ ਦਸਤਾਰਾਂ ਹੈ ਨਹੀਂ, ਲੀਡਰਾਂ ਦੇ ਚਿਹਰਿਆਂ 'ਤੇ ਡਾਰੇ ਹੈ ਨਹੀਂ, ਉਹ ਬਾਹਰਲੇ ਸਰੂਪ ਦੀ ਗੱਲ ਬਾਅਦ ਕਰਿਓ। ਪਹਿਲਾਂ ਅੰਦਰ ਦੀ ਵਿਚਾਰਧਾਰਾ ਦੀ ਗੱਲ ਕਰੋ, ਅੰਦਰ ਵਿਚਾਰਧਾਰਾ ਹੋਏਗੀ ਬਾਹਰ ਦੀ ਬੱਝੀ ਹੋਈ ਦਸਤਾਰ ਵੀ ਸਿਰ 'ਤੇ ਮਾਣ ਮਹਿਸੂਸ ਕਰੇਗੀ। ਜੇ ਅੰਦਰ ਵਿਚਾਰਧਾਰਾ ਨਾ ਹੋਈ, ਜਦੋਂ ਪੱਗ ਕਿਸੇ ਦੇਹਧਾਰੀ ਦੇ ਪੈਰਾਂ 'ਤੇ ਜਾ ਕੇ ਝੁਕਦੀ, ਲੋਕ ਆਉਂਦੇ ਇੱਕ ਸਿੱਖ ਦੇਹਧਾਰੀ ਦੀਆਂ ਪ੍ਰਕਰਮਾ ਪਿਆ ਕਰਦਾ। ਗੁਰੂ ਕੇ ਸਿੱਖੋ ਆਪਣੇ ਅੰਦਰ ਵਿਚਾਰ ਲੈ ਕੇ ਆਓ, ਯੁਰਤ ਪੈਦਾ ਕਰਕੇ ਆਓ। ਸਰਦਾਰ ਕੁਲਬੀਰ ਸਿੰਘ ਕੌੜੇ ਨੇ ਕਿਤਾਬ ਲਿਖੀ ਸੀ ਸਿੱਖ ਵੀ ਨਿਗਲਿਆ ਗਿਆ, ਪੜ੍ਹੀ ਹੋਣੀ ਤੁਹਾਡੇ ਚੋਂ ਕਈਆਂ ਨੇ। ਉਸ ਕਿਤਾਬ ਦੇ ਆਰੰਭ 'ਚ ਪਤਾ ਉਹਨੇ ਕੀ ਲਿਖਿਆ, ਉਹਦੇ ਬਾਹਰ ਫੋਟੋ ਲਾਈ ਅਜਗਰ ਦੀ, ਸੱਪ ਦੀ, ਅਤੇ ਗਾਟੇ ਵਾਲਾ ਸਿੱਖ ਅੱਧਾ ਉਹਦੇ ਮੂੰਹ 'ਚ ਤੁੰਨਿਆ, ਵੀ ਅੱਧਾ ਕੁ ਸਿੱਖ ਖਾਧਾ ਗਿਆ ਅਤੇ ਅੱਧਾ ਕੁ ਬਚਿਆ। ਉਹਨੇ ਉਸ ਕਿਤਾਬ ਦੇ ਵਿੱਚ ਲਿਖਿਆ ਵੀ ਮੈਂ ਜਦੋਂ ਇਕੱਲੇ ਇਕੱਲੇ ਨੂੰ ਪੁੱਛਿਆ ਵੀ ਸਿੱਖ ਬਚਿਆ ਕਿ ਸਿੱਖ ਖਾਧਾ ਗਿਆ, ਕਹਿੰਦਾ ਜਦੋਂ ਮੈਂ ਗੱਲਾਂ ਨੋਟ ਕੀਤੀਆਂ ਸਿੱਖ ਪਰਿਵਾਰਾਂ ਦੀਆਂ ਅਤੇ ਫਿਰ ਮੈਂ ਕਿਹਾ ਅਤੇ ਸਿੱਖ ਵੀ ਨਿਗਲਿਆ ਗਿਆ, ਵੀ ਇਹ ਟਾਵੇਂ ਟਾਵੇਂ ਬਚੇ ਨੇ, ਬਹੁਤੇ ਤਾਂ ਸਿੱਖ ਵੀ ਖਾਧੇ ਗਏ। ਹੁਣ ਆਪਾਂ ਆਪਣੇ ਆਪ ਨੂੰ ਬਚਾਉਣਾ ਹੈ। ਰੋਣੇ ਬਹੁਤ ਰੋਲੇ ਨੇ, ਅਗਲੇ ਚਾਹੁੰਦੇ ਜੋਸ਼ ਚਾਹੁਣ, ਇਹ ਹੱਥਾਂ 'ਚ ਹਥਿਆਰ ਫੜ ਕੇ ਨਾਰੇ ਮਾਰਨ ਤਾਂ ਕਿ ਇਹਨਾਂ ਨੂੰ ਗੋਲੀ ਦਾ ਸ਼ਿਕਾਰ ਬਣਾਈਏ। ਹੁਣ ਸਿਰਾਂ ਦੀ ਵਰਤੋਂ ਕਰੋ, ਸੱਚ ਦੀ ਵਿਚਾਰ ਪੈਦਾ ਕਰੋ। ਸਾਡੇ ਬੱਚੇ ਪੜ੍ਹੇ, ਇੱਕ ਬੜੀ ਵੱਡੀ ਮਾਰ ਵੱਜ ਰਹੀ ਹੈ ਪੰਜਾਬ ਨੂੰ ਵੀ, ਬਾਹਰਲਿਆਂ ਸੂਬਿਆਂ ਨੂੰ, ਪਲੱਸ ਟੂ ਕਰਕੇ ਆਈਲੈਟਸ ਕਰਕੇ ਚੱਲ ਬੱਚਾ ਬਾਹਰ। ਸੱਚ ਹੈ, ਵਿਦੇਸ਼ਾਂ 'ਚ ਹਰ ਕੰਟਰੀ 'ਚ ਘੁੰਮ ਕੇ ਵੇਖ ਆਏ ਹਾਂ, ਆਪਣੇ ਬੱਚਿਆਂ ਦੇ ਦਿਮਾਗ 'ਚ ਪਾਓ ਸਾਡੇ ਬੱਚੇ IAS ਅਫਸਰ ਬਣਨ, IPS ਅਫਸਰ ਬਣਨ ਸਾਡੇ ਬੱਚੇ। ਜਦੋਂ ਅਸੀਂ ਮਾਫ਼ ਕਰਨਾ, ਇੱਥੇ ਸਾਡਾ ਦਿਲ ਨਹੀਂ ਲੱਗਦਾ, ਬਾਹਰ ਚਲੇ ਗਏ, ਮੁੜ ਕੇ ਉੱਥੇ ਜਾ ਕੇ ਪੰਜਾਬ ਦਾ ਹੇਜ ਬੜਾ ਹੁੰਦਾ, ਫਿਰ ਹੈ ਜੀ ਪੰਜਾਬ ਦਾ ਬੇੜਾ ਗਰਕ ਹੋ ਗਿਆ, ਹੈ ਜੀ ਪੀੜ੍ਹੀ ਨੂੰ ਇੱਦਾਂ ਹੋ ਗਿਆ। ਜਦੋਂ ਅਸੀਂ ਕੁਝ ਕਰਨਾ ਨਹੀਂ ਤੇ ਸਾਨੂੰ ਕਹਿਣ ਦਾ ਵੀ ਕੀ ਮਤਲਬ ਹੈ। ਜਿੰਨੇ ਜੋਗੇ ਹਾਂ, ਜਿੱਥੇ ਸਾਡੇ ਕੋਲ ਤਾਕਤ ਹੈ, ਆਪਣਾ ਆਲਾ ਦੁਆਲਾ ਸਾਂਭਣ ਦੀ ਕੋਸ਼ਿਸ਼ ਕਰੀਏ। ਇਹ ਗੱਲ ਸੱਚ ਹੈ, ਜਦੋਂ ਅਸੀਂ ਬਾਹਰ ਜਾ ਕੇ ਗੱਲ ਕਰਦੇ ਹਾਂ
कि जम्मू दे विच सोहणियां दस्तारां सजाउंदे ने वीर, सब सूरत है, पर नाल नाल विचों इह वी रिपोर्ट मिलदी है पाणी दी घाट है, थोड़ा जिहा कर्मकांड है, नौजवानां नूं पाणी दी समझ नहीं। एक कलम अपने मत्थे नौजवानों तुसीं ला सकदे हो, सहज पाठ आरंभ कर दो, सोहणियां घरां च बाणी दीआं विचारां करनियां शुरू कर दिओ, गुरबाणी दी विचार साडे घरां च आए, धीआं बाणी पढ़न, भैणां बाणी पढ़न, अपने घरां विच सतगुर दी बाणी वाला माहौल बनाओ। जो कुछ साढ़े नाल पहला वापर गया, आओ सीखण दा यतन करिए कि साढ़े नाल दोबारा कदी ना वापरे। वापरदा है, गलतियां हर एक दे कोलों हुंदियां ने, पर उन्हां गलतियां कोलों सीखदा कोई कोई है। डेढ़ डेढ़ आने ते डोगरे भर्ती होए सन शेरे पंजाब महाराजा रणजीत सिंह दी फौज विच, पर अपनियां चुगलियां मार मार के सिखी दे तीन थंब अकाली फूला सिंह, सरदार शान सिंह अटारी वाला ते सरदार हरी सिंह नड़ूआ, तिन्हां नूं शेरे पंजाब तो दूर कर दिता। शेरे पंजाब भी हौली हौली उन्हां दीआं गल्लां विच आउंदा गया, अपणियां नूं समझ ना सकिया, बगानियां दीआं गल्लां सुणदा गया। जिहड़ी गल बाणी च नहीं आखी वी राजा बालक नगरी काची, दुष्टां नाल प्यारो, दोए माई दोए बापा पढ़िए, पंडित करो विचारो, राजा अणजाण होवे दुश्मनां नाल प्यार पा के बह जाए, अपणियां नाल दूरी बना के बह जाए, उस राज दे राज भाग नूं तबाह होण तों कोई नहीं बचा सकदा। जिस घर दा मुखी अणजाण होवे दुश्मनां नाल प्यार पा के बह जाए, अपणियां नाल दूरी बना के बह जाए, उस घर नूं बर्बादी दे कंडे तों कोई मोड़ के वापस नहीं लिया सकदा। ये भावें कौम ते गल ला लो, भावें परिवार ते गल ला लो, भावें किसी सूबे ते गल ला लो, ते भावें किसी निक्के जे पिंड ते गल ला लो, जदों आप अणजाण होवे ते लागे इर्द गिर्द किसी सियाने कोलों अकल लै ला, मत लै ला, समझ लै ला, ता कि साडी जिंदगी विच खूबसूरती विचार आ जाए। जिहड़ी गल भगत कबीर जी ने कही है कि भाई पंडित मुल्ला ठीक है, वधिया इंसान ने, पर असी इन्हां दी विचारधारा दे हुण गुलाम नहीं। ना मैं किसी मौलवी कोलों पुछण जाणा हुण, ना मैं किसी पंडित कोलों पुछण जाणा। पंडित मुल्ला जो लिख दिया पढ़ो अगे, छाड़ चले हम कछू ना लिया। कहिंदे हुण की कीता, उल्ट जात मैं अपनी सुरत नूं उल्टा लिया। किधरों भलिया, उल्ट जात कुल दो विसारी, मैं अपनी सुरत नूं उल्टा लिया। ना मैं उच्ची जात दा माण करदा ते ना मैं उच्ची कुल दा माण करदा। अज माण उच्ची कुल ते जात दा हो रहा। मैं रात दे दवान च इक बेनती कीती सी, ज्ञानी दित सिंह रविदासीए परिवार चों संबंध रखदे सी, जदों लैक्चर करदे सी ना, राह जांदे राही खलो के ज्ञानी दित सिंह दा लैक्चर सुणदे सी। जदों देग लैण दी वारी आउंदी सी ना ज्ञानी दित सिंह दी, ते जोड़े घर जाण के बहि जांदे सी, उहनां नूं उच जातीए संगत विच बहि के देग नहीं सी लैण दिंदे, ते जोड़े घर च वी बहि के इदां हथ करना ते देग उत्तों सुटणी, कई वारी देग पासे डिग पैंदी सी। ज्ञानी दित सिंह दा तस्कार करदे रहे, पर उह मर्द गंबड़ा, उह योधा जिन्हें तीन वार दयानंद दीआं गोशणियां लवाईआं, गुजरात का रहने वाला सी, उन्हां दा एक नंबर का प्रचारक सी ज्ञानी दित सिंह। पर जदों पता लगा भी इहदी विचारधारा गुरु नानक साहिब की विचारधारा के उल्ट है, तीन वार ऐदा सभा सजा के दलीलां दे नाल गोष्ठी कीती ते दयानंद नूं हराया। पर अफसोस, जिस योधे ने हराया, जिस कौम के सूरमे ने हराया, उहदे नां दी असीं इक चेहर ना स्थापित कर सके, पर जिहनूं हराया उहदे नां दे अगले ने कॉलेज, यूनिवर्सिटियां, बड़े बड़े विद्यक अदारे ते हॉस्पिटल बनाते। पता क्यों? क्योंकि सानू साधा दियां बरसियां मनाउण तो वेल मिलू, ते इहो जिहे योधियां दे इकदी वारी आऊगी। अहीं तां रहि गए साधा दियां बरसियां मनाउण जोगे, पखंडियां दे पैर पुटण जोगे। एक सन सरदार जवाहर सिंह, इह वी आरिया समाजी दे मुख शकत्र सन, इह सूरमे सन ज्ञानी दित सिंह, सरदार जवाहर सिंह ते प्रोफेसर गुरमुख सिंह, यह तीन योधे सन जिन्हां ने सिंह सभा लहर दे विच जान पाई, घर घर गुरमत का प्रचार किया। पर अज टावे ने जिन्हां नूं इन्हां योधियां बारे पता है, जिन्हां ने कदी इन्हां दा नाम सुनिया होवे, असीं ते भुल गए, सानूं ते बरसियां दे विचों ही अज वेल नहीं मिल रही। एक बाबा मरदा दूजे की बरसी, दूजा बाबा मरदा तीजे की बरसी, वड्डे वड्डे मिनिस्टर भी आण के साधां दे पैरां ते मत्थे टेक रहे ने, उहदे पिछे को वजह प्यारे हो। जिहड़े मिनिस्टर हुंदे आ ना, जिहड़े लीडर हुंदे आ, पता उहनां नूं भी हुंदा भी बाबिआं दे पल्ले कुछ नहीं, जिहड़े बंदे सरकारां चलाउंदे ने इन्ने अणजाण नहीं हैगे। पता उहनां नूं सारा भी जिहड़े बंदे 5 साल पब्लिक नूं बेवकूफ बना सकदे आ, साध लीडर नूं बेवकूफ नहीं बना सकदा।
लीडर नूं पता भी साध दे पल्ले कख नहीं, पर दिमाग च आउंदा भी जे भीड़ विच पब्लिक विच इहदे पैरां ते मत्था टेक के 4-5 लख वोट डिगदी है ते साडा मत्था टेकिआ बोलो अगे जांदा की। कई वारी हो सकदा मत्था टेक के अंदर जाके कहिंदी वी हुण साधा ज्यादा चौड़ा ना अगर पब्लिक विच सानूं भी पता भी तेरे पल्ले की 4 केसां चों तैनूं असीं बचाया उदों इदां चौड़ा हो के मत्थे टिकाई जाणा, हो सकदा अंदर कुत्ते खाणी करदे होण पब्लिक विच मत्था टेकदे नूं वड्डे वड्डे साधा नाल इंज होया है। उहनां दे पैरां ते DSP IG वड़े वड़े अफसर MLA MP सिर झुकाउंदे ने, पर पता उन्होंने सारिआं नूं है क्योंकि वह इन्ने अणजाण नहीं जिन्होंने उच्च कोटी की विद्या हासिल की है। अगले कितने ना कितने समझते हैं कि जे एक ग्वाले के पैरों से सिर झुकाया, एक ग्वाले के पैरों सिर के पैर के अपना सिर सुटिया, जे 4-5 हज़ार गां सानूं वोट पा जाए ते साडा इत नुकसान की। हम गोरु तुम गुवार गुसाई, जन्म जन्म रखवारे, कबू ना पार उतार चढ़ायो कैसे खसम मारे। सरदार वीर सुखप्रीत सिंह उदो के दस रहा सी ना कि पुरानी लीडरशिप ते होने वाली लीडरशिप, सरदार जस्सा सिंह की गल कर रहा सी ना भी कितने वो लीडर जिहड़े कहिंदे सी भगौड़े नहीं बनना, तो कितने अजोके लीडर जिहड़े 84 च अपने भरावां जिहड़े कहिंदे सी साडी छाती उत्तों दी टैंक लंघणगे, तोपां सानूं पहलां उडाउणगियां, पर अपने भरावां दे शरीर चों सवास मुक्कण दी देर सी, हाथ खड़े करके बाहां खड़ियां करके अपने भरावां दीआं लाशां ते पैर रख के बाहर आ गए। अज कोई चेयरमैन नहीं लेके बैठा, कोई MLA दी सीट लेके बैठा, वड़े वड़े फैडरेशनां दे आगू जिन्हां ने नारे मराम रहा के लोगों के पुत मरवाते, अज लीडर दियां जुतियां चट रहे ने, लीडर दियां लाला चट रहे ने। सच है वड़े वड़े अपने आप नूं शहीदां दे परिवार अखवाण वाले भी उन्हां दे पिछे तुरन वाले परिवार पैरोकार अज लीडर दियां लिलकड़ियां कर दे, पुत नूं ही सीट दवा दिओ जी किते इह किते MLA ते MP बन जाए। जागो गुरु के प्यारे हो कित ना होी हनेर गर्दी विच अपने ते पराए की पहचान ना कर सकी। जिहड़ी गल गुरु नानक साहब ने बाणी च लिखी सी, हरना बाजा तै सिकदारा इन्हां पढ़िया ना हो, फांदी लगी जात पहायन अगे ना ही थाओ। सो पढ़िया हिरन भी पढ़ाया जाता, बाज भी पढ़ाया जाता, पर पढ़ाया कादे लई जाता कि अपने जात भरावां नूं पिछे ला के ले आई, तैनूं मैं कहना कुछ नहीं ते तेरे पिछे आने वालियां नूं मैं छड़ना कोई नहीं। बाज भी पढ़ा के छड़दा शिकारी, ते हिरन भी पढ़ा के छड़दा, सरकारी अहलकार भी पढ़ा के छड़े जांदे आ, जिहड़े गुरुद्वारियां दे विच बहिंदे आ, विच आण के सोहणियां दस्तारां सजाउंदे आ, विदेशां विच वी है जिहड़े एजेंसियां दे बंदे कमेटियां च वी आण के बहिंदे आ, गलबात वी करदे आ, खांदे गुरु दा ते सेवा अगे बोलो हुण उहनां दी करदे। इहनूं बाणी च लिखिआ वजह साहिब का सेव बलानी, वजीफे गुरु कोलों ते सेवा दूजियां दी। ये हुण पछाणने पैणे लिफाजे खजर में, जहां सैकड़े राजन भी फिरते हैं, अगर दुनिया में रहना है तो कुछ पहचान पैदा कर। ओ बंदिया धर्म दी वर्दी च बड़े लुटेरे तुरे फिरते ही, बड़े डाकू तुरे फिरते ही, अगर दुनिया च रहना तो कुछ पारथू गिरती अपने जीवन दे विच लैके आ, सूझ तेरे जीवन च आए। जिथे मेरे भरा बाहरों साबत सूरता सोहणी एक प्रण कर लो, सवेरे जदों घरों उठ के तुरना सिर ते दस्तार सोहनी सजी होवे, सोहनी परसनैलिटी होवे, गुरबाणी का पता होवे, राह जांदा मेरे को भरा नूं पुछे बाणी बारे की है, ते अगला गल एक पुछे चार सुनावे कवे, इहो जे सिख नूं भाई गुमराह नहीं कीता जाणा। ये तां तुरदे फिरदे गुरु ग्रंथ साहिब दी विचारधारा वाले सिख आ। अज अफसोस उदों आउंदा जदों सिख नूं गुरबाणी बारे कख नहीं पता, इतिहास बारे कख नहीं पता। लाइब्रेरियां सोहणियां अपने घरां च बनाओ भैणो, हुणे गल चल रही सी ना भी सीरियलों बारे पता है, क्रिकेट के खिडारियों बारे पता है, कई तो इन्नी स्टडी करके बैठे आ भी फिल्मों के हीरों बारे इन्नी नॉलेज है भी इनू भिंडी पसंद आ, इनू करेले पसंद आ, भी उन्होंने घरद्यानू नहीं पता होना। इन्ने ध्यान नाल कई ने फिल्मों के हीरो जड़े उन्होंने इंटरव्यू सुनी आ भी तुहानू पता फलाने हीरो नू किहड़े कलर के कपड़े पसंद आ, साहबजादियां का पता नहीं। ये तो इदा भी मोबाइल की चिप तो हैगी आ, मैटर गलत सेव करके बैठे हाँ, साढ़े सारिया को मैमरी कार्ड हैगा। क्रिकेट के खिडारियों बारे देखो इन्ना भोसा, मर्ग के घर जाके भी पूछ जाते आउट किहड़ा होया, जिहड़ा मर्जी होया होवे तेनू विचों कख नहीं मिलना। गुस्सा ना मनायो, असी इंडिया जितने का भारत जितने का खुशी मनाने ना, जिदन साडिया धियां बलात्कार होए सी ना दिल्ली, तिरंगा उन्होंने हाथ में भी फड़िया हुआ,
ਜਦੋਂ ਸਿੱਖੋ ਕਦੋਂ ਤੁਸੀਂ ਸਮਝੋਗੇ ਅਸੀਂ ਬੈਠੇ ਕਿੱਥੇ ਹਾਂ, ਅਸੀਂ ਕਿਹੜੀ ਸੋਚ ਆਪਣੇ ਅੰਦਰ ਪਾਲ ਕੇ ਬੈਠੇ ਹਾਂ। ਨਾ ਭਾਵਕ ਹੋਇਆ ਕਰੋ, ਸੰਭਲ ਕੇ ਤੁਰੋ, ਸੱਚ ਦੀ ਵਿਚਾਰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਓ। ਹੋਸ਼ ਬਹੁਤ ਜ਼ਰੂਰੀ ਆ ਜੋਸ਼ ਨਾਲ, ਪਰ ਅੱਜ ਜੋਸ਼ ਬਹੁਤ ਛੇਤੀ ਆਉਂਦਾ ਹੈ, ਹੋਸ਼ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿੱਤਾ। ਹਥਿਆਰ ਗੁਰੂ ਸਾਹਿਬ ਦੇ ਕੋਲ ਵੀ ਸੀ, ਪਰ ਹਥਿਆਰ ਦੇਣ ਤੋਂ ਪਹਿਲਾਂ ਨਾ ਨੌਲੇਜ ਹੋਣੀ ਚਾਹੀਦੀ ਹੈ। ਅਖੀਰ 'ਤੇ ਇੱਕ ਬੇਨਤੀ ਕਰਾਂਗਾ, ਡਾਕਟਰ ਜਦੋਂ ਕੋਈ ਬੱਚਾ ਬਣਦਾ ਹੈ ਨਾ, ਉਹਨੂੰ ਪਹਿਲੇ ਦਿਨ ਹੀ ਉਹਦੇ ਹੱਥ 'ਚ ਤੇਜ਼ ਹਥਿਆਰ ਫੜਾਉਂਦੇ ਵੀ ਆਹ ਬੰਦਾ ਲੰਮਾ ਪਿਆ ਦਾ ਆਪਰੇਸ਼ਨ ਕਰ ਦੇ, ਉਹਨੂੰ ਪਹਿਲਾਂ ਬਾਡੀ ਬਾਰੇ ਗਿਆਨ ਦਿੰਦੇ ਆ। ਕਿੰਨੀ ਲੰਮੀ ਸਟੱਡੀ ਤੋਂ ਬਾਅਦ ਅੱਜ ਉਹਦੇ ਹੱਥ ਵਿੱਚ ਫੜੀ ਜਿਹੜੀ ਤਿੱਖੀ ਚੀਜ਼ ਆ, ਉਹਦਾ ਆਪਣਾ ਪੁੱਤ ਵੀ ਲੱਗੇ ਅੱਗੇ ਲੰਮਾ ਪਿਆ ਹੋਵੇ ਨਾ, ਉਹਨੂੰ ਡਰ ਨਹੀਂ ਆਉਂਦਾ, ਉਹਨੂੰ ਪਤਾ ਇਹਨੇ ਮੇਰਾ ਚੀਰ ਫਾੜ ਕਰਕੇ ਮੈਨੂੰ ਮੌਤ ਨਹੀਂ ਦੇਣੀ, ਮੇਰੇ ਜਿਸਮ 'ਚੋਂ ਰਸੌਲੀ ਬਾਹਰ ਕੱਢ ਕੇ ਮੇਰੀ ਜ਼ਿੰਦਗੀ ਨੂੰ ਇਹਨੇ ਰਾਹਤ ਦੇਣੀ ਹੈ। ਬੰਦਾ ਉਹ ਹੀ ਹੁੰਦਾ ਡਾਕਟਰ ਦੇ ਹੱਥ ਵਿੱਚ ਫੜਿਆ ਹੋਇਆ ਜਿਹੜਾ ਤੇਜ਼ ਹਥਿਆਰ ਹੈ ਉਹ ਮੌਤ ਨਹੀਂ ਜੀਵਨ ਦਿੰਦਾ ਹੈ। ਇੱਦਾਂ ਹੀ ਗੁਰੂ ਕੇ ਸਿੱਖ ਦੇ ਹੱਥ ਵਿੱਚ ਜਦੋਂ ਸੂਝ ਬੂਝ ਵਾਲਾ ਹੱਥ ਵਿੱਚ ਹਥਿਆਰ ਫੜਦਾ, ਉਹ ਕਿਸੇ ਨੂੰ ਮੌਤ ਦੇ ਘਾਟ ਨਹੀਂ ਉਤਾਰਦਾ, ਉਹਦੇ ਵਿੱਚੋਂ ਜੀਵਨ ਦਿੰਦਾ ਹੈ। ਪਰ ਅੱਜ ਅਨਟ੍ਰੇਨਡ ਬੰਦਿਆਂ ਦੇ ਕੋਲ ਵੀ ਇਹ ਚੀਜ਼ਾਂ ਆ ਗਈਆਂ, ਜਿਹਦੇ ਨਾਲ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੋਇਆ। ਭਾਗਾਂ ਵਾਲਿਓ, ਬਸ ਇੱਦਾਂ ਸਮਝ ਲਓ, ਗੁਰੂ ਪਾਤਸ਼ਾਹ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਬਖਸ਼ਿਸ਼ ਕੀਤਾ ਹੈ ਜੋ ਅਸੀਂ ਆਪਣੀ ਜ਼ਿੰਦਗੀ 'ਚੋਂ ਗਵਾ ਚੁੱਕੇ ਹਾਂ। ਹਰ ਸਾਲ 84 ਦੇ ਗੁਰੂ ਕੇ ਸਿੱਖਾਂ ਨੂੰ ਅਸੀਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ। ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਸੀ ਦਰਬਾਰ ਸਾਹਿਬ, ਬਹੁਤ ਪਿਆਰੇ ਸਿੱਖ ਜਿਹੜੇ ਸ਼ਰਧਾ ਵਾਸ ਉੱਥੇ ਆਏ ਸਨ, ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਕਤਲੋ ਗਾਰਤ ਕੀਤੀ ਗਈ। ਇਕੱਲੀ ਦਰਬਾਰ ਸਾਹਿਬ ਨਹੀਂ, ਬੋਕਾਰੋ, ਚਾਸ, ਓ ਝਾਰਖੰਡ ਦੇ ਵਿੱਚ 2-2 ਮਹੀਨਿਆਂ ਦੇ ਬੱਚਿਆਂ ਨੂੰ ਪਾਣੀ ਪਾ ਕੇ ਪ੍ਰੈਸ਼ਰ ਕੁੱਕਰ ਦੇ ਵਿੱਚ ਸੀਟੀ ਮਰਾ ਦਿੱਤੀ ਸੀ ਉਹਨਾਂ ਨੇ। ਇੱਦਾਂ ਦਾ ਅਤਿਆਚਾਰ ਕੀਤਾ ਗਿਆ, ਬੱਚਿਆਂ ਨਾਲ ਰੇਪ ਦਾ ਕੀਤੇ ਗਏ, ਘਟਨਾਵਾਂ ਵਾਪਰੀਆਂ, ਬਹੁਤ ਕੁਝ ਹੋਇਆ, ਪਰ ਅਸੀਂ ਬੜੀ ਛੇਤੀ ਭੁੱਲ ਜਾਂਦੇ। ਸਾਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਖੀਰ 'ਤੇ ਇੱਕ ਬੇਨਤੀ ਕਰਾਂਗਾ, ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ, ਜੇ 1919 ਵਿੱਚ ਜਲਿਆਂ ਵਾਲਾ ਸਾਕਾ ਵਾਪਰਿਆ ਉਹਦੇ ਨਿਸ਼ਾਨ ਅੱਜ ਤੱਕ ਸਾਂਭੇ ਗਏ ਨੇ, ਅਤੇ ਜੇ 1984 ਜਿਹੜੇ ਅਕਾਲ ਤਖ਼ਤ ਦੇ ਨਿਸ਼ਾਨ ਸੀ ਸੰਤਾ ਸਿੰਘ ਨਿਹੰਗ ਕੋਲੋਂ, ਸਰਕਾਰੀ ਸੰਤ ਸੀ ਨਾ, ਸੰਤਾ ਸਿੰਘ ਨਿਹੰਗ ਕੋਲੋਂ ਰਾਤੋਂ ਰਾਤ ਹੀ ਅਗਲਿਆਂ ਸੋਨਾ ਲਵਾ ਕੇ ਨਿਸ਼ਾਨ ਮਿਟਾ ਦਿੱਤੇ ਗਏ, ਅਗਲੇ ਨਿਸ਼ਾਨ ਵੀ ਤੁਹਾਡੇ ਕੋਲੋਂ ਮਿਟਾਉਂਦੇ ਨੇ, ਤਰੀਕੇ ਨੇ। ਅੱਜ ਤੁਸੀਂ ਦੇਖਿਆ ਜਗਤਾਰ ਸਿੰਘ ਬਾਬਾ ਜਦੋਂ ਉਹਨੇ ਦਰਸ਼ਨੀ ਡੋਹੜੀ ਨੂੰ ਹੱਥ ਪਾਇਆ ਤਾਂ ਰਾਤੋਂ ਰਾਤ ਸੋਸ਼ਲ ਮੀਡੀਆ 'ਤੇ ਰੌਲਾ ਪੈ ਗਿਆ, ਉਹਨਾਂ ਨੂੰ ਉਹ ਸੇਵਾ ਰੋਕਣੀ ਪਈ। ਉਹ ਭਲਿਓ, ਜੇ ਅੰਗਰੇਜ਼ ਹਜ਼ਾਰ ਹਜ਼ਾਰ ਸਾਲ ਪੁਰਾਣੀ ਇਮਾਰਤ ਸਾਂਭ ਕੇ ਰੱਖ ਸਕਦਾ, ਉਹ ਸਾਡੀਆਂ 'ਤੇ 200-300 ਸਾਲ ਪੁਰਾਣੀਆਂ ਇਮਾਰਤਾਂ ਨੇ। ਜਰਮਨ ਦੇ ਵਿੱਚ ਇੱਕ ਪੋਲ ਹੈ ਮੈਂ ਵੇਖਿਆ, ਉੱਥੇ ਕਹਿੰਦੇ ਇੱਟ ਟੁੱਟ ਜਾਏ ਕਹਿੰਦੇ ਉਹ ਹੀ ਲਿਆ ਕੇ ਲਾਓ, ਪਿੰਡਾਂ ਦੇ ਪਿੰਡ ਜਾ ਕੇ ਧਰਨਾ ਲਾ ਦਿੰਦੇ ਆ, ਉਹ ਆਪਣੀ ਪੁਰਾਣੀ ਚੀਜ਼ ਨਾਲ ਪਿਆਰ ਕਰਦੇ ਆ। ਤੁਹਾਨੂੰ ਸੇਵਾ ਕਰਨ ਤੋਂ ਕੋਈ ਨਹੀਂ ਸੀ ਰੋਕਦਾ, ਪਰ ਕਾਸ਼ ਜੇ ਕਿਤੇ ਸੋਸ਼ਲ ਮੀਡੀਆ ਉਦੋਂ ਹੁੰਦਾ ਤੇ ਸਰਹੰਦ ਦੀਆਂ ਦੀਵਾਰਾਂ ਵੀ ਉਦੋਂ ਬਚ ਜਾਂਦੀਆਂ, ਪੁਰਾਣੀਆਂ ਇਮਾਰਤਾਂ ਅਸੀਂ ਸਾਂਭ ਕੇ ਰੱਖਦੇ, ਅਸੀਂ ਦੱਸਣ ਜੋਗੇ ਹੁੰਦੇ। ਪਰ ਨਹੀਂ ਜੀ, ਅਗਲਿਆਂ ਨੇ ਲੱਕ ਬੰਨਿਆ ਕਿ ਅਸੀਂ ਪੁਰਾਣੀ ਚੀਜ਼ ਤੁਹਾਡੀ ਰਹਿਣ ਨਹੀਂ ਦੇਣੀ। ਇਹ ਤੇ ਇੱਦਾਂ ਹੀ ਹੋ ਰਿਹਾ ਜਿਵੇਂ ਸਾਹ ਨਹੀਂ ਹੁੰਦਾ, ਉਹ ਗਾਚਾ ਸਾਰਾ ਦਿਨ ਕਿਸਾਨਾਂ ਦਾ ਖਾਂਦਾ, ਜਦੋਂ ਕਿਸਾਨ ਆਣ ਕੇ ਰਾਤ ਨੂੰ ਸੌ ਜਾਂਦਾ, ਕੰਧਾਂ ਵੀ ਫਿਰ ਆਣ ਕੇ ਪਿੰਡ ਵਾਲਿਆਂ ਦੀ ਉਹੀ ਢਾਉਂਦਾ। ਸਾਡੇ ਨਾਲ ਵੀ ਇੰਝ ਹੋਇਆ, ਖਾਧਾ ਵੀ ਇਹਨਾਂ ਨੇ ਕੌਮ ਦਾ ਤੇ ਢਾਈਆਂ ਵੀ ਕੌਮ ਦੀਆਂ ਇਮਾਰਤਾਂ। ਜਾਗਣਾ ਗੁਰੂ ਕੇ ਪਿਆਰੇ ਤੁਹਾਨੂੰ ਪੈਣਾ, ਕਾਰ ਸੇਵਾ ਦੇ ਨਾਂ 'ਤੇ ਤਬਾਹੀ ਬਹੁਤ ਮੱਚੀ ਹੈ, ਬਹੁਤ ਪੁਰਾਣੀਆਂ ਇਮਾਰਤਾਂ ਸਾਡੇ ਵਿੱਚੋਂ ਮਲੀਆਂ ਮੇਟ ਕੀਤੀਆਂ ਗਈਆਂ। ਗੁਰੂ ਬਖਸ਼ਿਸ਼ ਕਰੇ, ਜਾਗੋ, ਸੁਚੇਤ ਹੋ। ਜੇ 1919 ਦੇ ਸਮੇਂ ਦੀਆਂ ਉਹ ਜਲੇ ਵਾਲੇ ਦੀਆਂ ਉਹ ਗੋਲੀਆਂ ਦੇ ਨਿਸ਼ਾਨ ਸਾਂਭੇ ਹੋਏ ਨੇ, ਤੇ 84 ਦੇ ਅਜੇ ਕੱਲ੍ਹ ਦੀਆਂ ਗੱਲਾਂ ਨੇ, ਇਹ ਕਿਉਂ ਨਹੀਂ ਸਾਂਭੇ? ਉਹਦੇ ਪਿੱਛੇ ਕਾਰਨ ਸੀ, ਅਗਲੇ ਨੂੰ ਪਤਾ ਸੀ ਜੇ ਨਿਸ਼ਾਨ ਵੇਖਣਗੇ ਤੇ ਇਹਨਾਂ ਦੀ ਕੌਮ ਨੂੰ ਪਤਾ ਲੱਗੂ, ਇਹ ਪੜ੍ਹਨਗੇ, ਇਹਨਾਂ ਨੂੰ ਦੁਸ਼ਮਣ ਬਾਰੇ ਇਹ ਸੁਚੇਤ ਹੋ ਜਾਣਗੇ, ਇਹਨਾਂ ਨੂੰ ਇੰਝ ਲੱਗੇ ਵੀ ਇਹੋ ਜਿਹਾ ਇਹਨਾਂ ਦੇ ਨਾਲ ਕਦੀ ਕੁਝ ਵਾਪਰਿਆ ਹੀ ਨਹੀਂ ਸੀ। ਹੁਣ ਫੈਸਲਾ ਤੁਸੀਂ ਕਰਨਾ, ਘਰਾਂ 'ਚ ਕਿਤਾਬਾਂ ਰੱਖੋ, ਸੋਹਣਾ ਸਹਿਤ ਪੜ੍ਹੋ, ਗੁਰਬਾਣੀ ਦਾ ਸਹਿਜ ਪਾਠ ਕਰੋ। 550 ਸਾਲਾਂ ਧੰਨ ਗੁਰੂ ਨਾਨਕ ਸਾਹਿਬ ਦਾ ਜੋ ਪ੍ਰਕਾਸ਼ ਪੁਰਬ ਆ ਰਿਹਾ ਹੈ ਉਹਨੂੰ ਸਮਰਪਿਤ ਆਪਣੇ ਘਰਾਂ 'ਚ ਸਹਿਜ ਪਾਠ ਕਰੋ, ਅਤੇ ਜਿਹੜਾ ਪ੍ਰਕਾਸ਼ ਪੁਰਬ ਗੁਰੂ ਨਾਨਕ ਸਾਹਿਬ ਦਾ, ਕੋਸ਼ਿਸ਼ ਕਰੋ ਵੀ ਕੱਤਕ ਕੇ ਵਿਸਾਖ ਕਿਤਾਬ ਦੇ ਮੁਤਾਬਕ ਅਪ੍ਰੈਲ ਦੇ ਮਹੀਨੇ ਦੇ ਵਿੱਚ ਮਨਾਉਣ ਦਾ ਯਤਨ ਕਰੋ, ਤਾਂ ਕਿ ਅਸੀਂ ਦੁਨੀਆ ਦੇ ਵਿੱਚ ਇੱਕ ਵਿਚਾਰ ਖੜੀ ਕਰ ਸਕੀਏ। ਜਿਵੇਂ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾ ਕੇ ਅਸੀਂ ਆਪਣੀ ਇੱਕ ਨਿਆਰੀ ਕੌਮ ਹੋਣ ਦਾ ਸਬੂਤ ਦਿੰਦੇ ਹਾਂ, ਅਤੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਵੀ ਤੁਹਾਡੇ ਸਟੇਟ, ਤੁਹਾਡੇ ਸੂਬੇ ਬਾਰੇ ਬੋਲਣ ਦਾ। ਮੈਂ ਪਿੱਛੇ ਜੇ ਅਮੈਰੀਕਾ ਸੀ, ਉੱਥੇ ਮੈਂ ਪਰੇ ਕੱਟ 'ਚ ਗਿਆ ਸੀ ਕਿ ਜੰਮੂ ਦੇ ਵਿੱਚ 5 ਜਨਵਰੀ ਨੂੰ ਅਗਲੇ
सरकारी छुट्टी करते हैं सारे वीर कट्ठे होके 5 जनवरी गुरु गोबिंद सिंह महाराज का प्रकाश पुरब मनाते हैं। जिहड़ियां 2, 4, 5, 7 कमेटियां रह भी गईयां उन्हां नूं हाथ जोड़ के बेनती है भाई आओ इत्थे असीं कट्ठे हो जाइए मोर नानक साहिब कैलेंडर के उत्ते मोर ला के सबूत देईए ताकि दूजियां स्टेटां जिहड़ियां ने उन्हां नूं भी साढ़े तो कुछ सीखण का मौका मिल सके। सारिया वीर का भैणों का बजुर्गों का बच्चों का तहे दिलों धन्नवाद है जो गुरु की गोद में बैठ के आप सतगुरु की बाणी की जो विचार की है कि बुन बुन आप पहरावो जे नहीं आप तय होए गाओ पंडित मुला जो लिख दिया छाड़ चले हम कछु ना लिया हृदय इखलास हिरदे च प्यार पैदा कर निरखले मीरा अपने अंदर ही उस मालिक नूं महसूस कर ला आप खोज खोज मिले कबीरा रब कित वखरा नहीं अपने आप की खोज कर अपने आप विचों वेखण ते मन दा महसूस कर मालिक जी बख्शिश कर इतों के समुचे प्रबंधक वीर समुचिया संगतां दा समुचिया भैणां दा वीरां दा जिन्हां ने रल मिल के इन्हां समागमां दे विच तन मन धन दे नाल सहयोग बख्शिश कीता है मालिक दे अरोगता तंदुरुस्ती साढ़े विच प्यार इतफाक आवे समुचे मीडिया वाले वीर जिहड़ी तुहाडी इस आवाज़ नूं देशां विदेशां विच नालो नाल करो घरी सफर करदे आ पहुंचा रहे ने सारिआं दा तहे दिलों धन्नवाद भुल्लां मेरीआं जो बचन चंगे लगे ने मेरे नहीं सतगुर के समझ के हिरदे विच वसाउण दा यतन करिओ जी बुलां दा आवाज़ विच फतेह बुलाओ साध संगत वाहिगुरू जी का खालसा वाहिगुरू जी की फतेह। वाहेगुरु जी का खालसा वाहेगुरु जी की फतेह। इत्थे जिक्र हो रहा सी भाई कान सिंह जी नाभा दा ते उन्हां दी किताब हम हिंदू नहीं। वो अपनी किताब के पन्ना नंबर 101 ते लिखते ने कि सिख ना तो किसी की उस्तत करता ते ना ही किसी की निंदिया। फिर वो दोनों शब्दों की परिभाषित करते ने दोनों शब्दों वो कहते ने किसी के अवगुणा नूं गुण करके बयान करना उस्तत होंदी है ते किसी के अवगुणा किसी के गुणा अवगुण करके बयान करना निंदिया। सिख ना तो किसी की उस्तत करता है ते ना ही किसी की निंदिया। सिख का काम है सिर्फ ते सिर्फ सच कहना। साढ़े पास पंथ विच कुछ कु प्रचारक ने जो सच बोलन की हिम्मत करते हैं उन्होंने एक ने प्रोफेसर सरबजीत सिंह जी धुंदा प्रोफेसर साहब का स्टेज वालों सिख वीर वालों समूह साध संगत वालों बहुत बहुत धन्यवाद। भाई साहब जी का धन्यवाद इसलिए भी क्योंकि सिखी लहरों के प्रोग्रामों में वो साढ़े लिए उन्होंने वक्त कटिया इसलिए भी भाई साहब जी का बहुत बहुत धन्यवाद। भाई साहब जी का असं कुछ समा होर लवेंगे क्योंकि जो बच्चे साढ़े बस्ती के जिन्होंने 10वीं 12वीं चंगे नंबर ले ने असी उन्होंने भाई साहब जी वालों सन्मानित करवाएंगे। इस तो बाद भाई साहब भाई मनिंदर सिंह जी हजूरी रागी सचखंड श्री दरबार साहिब अमृतसर तो भी पहुँच चुके हैं। इस तो बाद तकरीबन 1 घंटे की कीर्तन की सेवा निभाएंगे। उनमें 12वीं क्लास के बच्चों बेनती करता कि स्टेज पर आ जाए जिन्हों ने मनप्रीत कौर नवजोत सिंह प्रभजोत सिंह नवजोत कौर गुरतेज सिंह करणजोत सिंह गगनीत कौर अनिशपाल सिंह रसप्रीत कौर अनीत कौर राजवंत सिंह रमनदीप सिंह जसनीत कौर जयवीर सिंह सारे बच्चे को बेनती है कि वह स्टेज पर आ जाए। उस अलावा जो 10वीं के बच्चे ने वह भी इस बाद नाल नाल स्टेज पर आ जाए तो उस तो बाद जो साढ़े खालसा क्रिकेट क्लब के वीर ने जिन्होंने सिख प्रीमियर लीग मुंबई जाके जीती है उन्होंने भी स्टेज पर सम्मानित किया जाएगा वह भी जल्द स्टेज पर आ जाए। मनप्रीत कौर जिन्होंने 85% नंबर ले ने सपुत्री सरदार कमलजीत सिंह वाहेगुरु जी बोले सोनिहार वीर नवजोत सिंह सपुत्र सरदार कुलबीर सिंह जिन्होंने 85% नंबर ले ने बोले सोनिहार वीर प्रभजोत सिंह सपुत्र सरदार सुरिंदर सिंह जिन्होंने 83% नंबर ले ने बोले सोनिहार भैन नवजोत कौर सपुत्री सरदार राजिंदर सिंह 79% नंबर ले ने बोले सोनिहार गुरतेज सिंह इन्हें नंबर से मैंशन ही ने करणजोत सिंह सपुत्र सरदार परमजीत सिंह इन्होंने 88.5% नंबर ले ने गगनीत कौर
ਸਮੁੰਦਰੀ ਸਰਦਾਰ ਬੇਅੰਤ ਸਿੰਘ ਜਿਨ੍ਹਾਂ ਨੇ 77% ਨੰਬਰ ਲਏ ਨੇ, ਅਨਿਸ਼ਪਾਲ ਸਿੰਘ, ਸਕੱਤਰ ਸਰਦਾਰ ਮਨਜੀਤ ਸਿੰਘ ਜਿਨ੍ਹਾਂ ਨੇ 77% ਨੰਬਰ ਲਏ ਨੇ, ਰਸਪ੍ਰੀਤ ਕੌਰ, ਸਮੁੰਦਰੀ ਸਰਦਾਰ ਉਪਕਾਰ ਸਿੰਘ ਜਿਨ੍ਹਾਂ ਨੇ 82% ਨੰਬਰ ਲਏ ਨੇ, ਅਨੀਤ ਕੌਰ, ਸਮੁੰਦਰੀ ਸਰਦਾਰ ਪਰਮਜੀਤ ਸਿੰਘ ਜਿਨ੍ਹਾਂ ਨੇ 90% ਨੰਬਰ ਲਏ ਨੇ, ਰਾਜਵੰਤ ਸਿੰਘ, ਸਪੁੱਤਰ ਸਰਦਾਰ ਜੁਝਾਰ ਸਿੰਘ ਜਿਨ੍ਹਾਂ ਨੇ 89.8% ਨੰਬਰ ਲਏ ਨੇ, ਰਮਨਦੀਪ ਸਿੰਘ, ਸਪੁੱਤਰ ਸਰਦਾਰ ਗੁਰਮੀਤ ਸਿੰਘ ਜਿਨ੍ਹਾਂ ਨੇ 82.4% ਨੰਬਰ ਲਏ ਨੇ, ਜਸਨੀਤ ਕੌਰ, ਸਪੁੱਤਰੀ ਸਰਦਾਰ ਰਵਿੰਦਰ ਸਿੰਘ ਜਿਨ੍ਹਾਂ ਨੇ 75.8% ਨੰਬਰ ਲਏ ਨੇ, ਇਲਾਵਾ ਰਾਜਵੀਰ ਸਿੰਘ, ਸਪੁੱਤਰ ਸਰਦਾਰ ਰਵਿੰਦਰ ਸਿੰਘ ਜਿਹਨੇ 78% ਨੰਬਰ ਲਏ ਨੇ। ਇਲਾਵਾ ਜੋ 10ਵੀਂ ਦੇ ਬੱਚੇ ਨੇ ਉਹ ਵੀ ਸਟੇਜ 'ਤੇ ਆ ਜਾਣ। ਰੁਪਿੰਦਰ ਕੌਰ, ਰੁਪਿੰਦਰ ਕੌਰ, ਸੁਪੁੱਤਰੀ ਸਰਦਾਰ ਮਨਮੋਹਨ ਸਿੰਘ 82.6%, ਹਰਸ਼ੀਨ ਕੌਰ, ਸੁਪੁੱਤਰੀ ਸਰਦਾਰ ਗੁਰਮੁਖ ਸਿੰਘ 77%, ਹਰਸ਼ਦੀਪ ਸਿੰਘ, ਸੁਪੁੱਤਰ ਸਰਦਾਰ ਅਮਰਜੀਤ ਸਿੰਘ 82%, ਗੁਣਵੀਰ ਸਿੰਘ, ਸੁਪੁੱਤਰ ਲੇਟ ਸਰਦਾਰ ਅਮਰਜੀਤ ਸਿੰਘ 80.2%, ਮਨਦੀਪ ਸਿੰਘ, ਸੁਪੁੱਤਰ ਸਰਦਾਰ ਸਤਪਾਲ ਸਿੰਘ 91%, ਸਨਰੀਤ ਸਿੰਘ, ਸੁਪੁੱਤਰ ਸਰਦਾਰ ਗੁਰਮੀਤ ਗੁਰਦੀਪ ਸਿੰਘ 84%, ਜਸਪ੍ਰੀਤ ਸਿੰਘ, ਸੁਪੁੱਤਰ ਸਰਦਾਰ ਹਰਪਾਲ ਸਿੰਘ 80%, ਜਸਪ੍ਰੀਤ ਕੌਰ, ਸੁਪੁੱਤਰ ਸਰਦਾਰ ਚਰਨਜੀਤ ਸਿੰਘ 84%, ਦਿਲਪ੍ਰੀਤ ਸਿੰਘ, ਸੁਪੁੱਤਰ ਸਰਦਾਰ ਗੁਰਮੀਤ ਸਿੰਘ 89%। ਜਾਉਂਦਾ ਪ੍ਰੇਮ ਖੇਲਣ ਨਾ ਜਾਓ, ਜਾਉਂਦਾ ਪ੍ਰੇਮ।